बिस्मिल्लाह रहमान रहीम। चैप्टर 13 लैसन नंबर 9 और पेज नंबर 602। आज असी इत्थे इहदे विच गल करांगे इस टॉपिक दे विच उजो इस्तेमाल डेली स्पेकी रेट्रोविजोरी। स्पेकी आंदे ने शीशियां नूं, रेट्रोविजोरी जिहड़े पिछे वेखण वाले शीशे ने, ए वाले शीशे ਗੱਡੀ ਦੇ ਜਿਹੜੇ ਸ਼ੀਸ਼ੇ ਨੇ ਇਹ ਵਾਲੇ ਗੱਡੀ ਦੇ ਬਾਹਰ ਵਾਲੇ ਪਾਸੇ ਲੱਗੇ ਹੁੰਦੇ ਨੇ। ਇਸ ਸ਼ੀਸ਼ੇ ਨੂੰ ਆਉਂਦੇ ਨੇ, ਇਹ ਜਿਹੜਾ ਸ਼ੀਸ਼ਾ ਜਿਹਦੇ 'ਚ ਅਸੀਂ ਵਹਿੰਦੇ ਹਾਂ ਕਿਸੇ ਵੀ ਕਿਸਮ ਦਾ ਸ਼ੀਸ਼ਾ, ਇਹਨੂੰ ਆਉਂਦੇ ਨੇ ਸਪੇਕੀ। ਅਤੇ ਰੇਤਰੋਵੀਜ਼ੋਰੀ ਜਿਹੜਾ ਅਸੀਂ ਪਿਛਾਂ ਨੂੰ ਵਹਿੰਦੇ ਹਾਂ, ਗੱਡੀ ਦੇ ਪਿਛਲੇ ਪਾਸੇ ਨੂੰ ਵਹਿੰਦੇ ਹਾਂ, ਰੋਡ ਦੇ ਬੈਕ ਹਿੱਸੇ ਨੂੰ, ਇਹਨੂੰ ਆਉਂਦੇ ਨੇ ਸਪੇਕੀ ਰੇਤਰੋਵੀਜ਼ੋਰੀ ਇਸਤੇਰਨੋ। ਇਸਤੇਰਨੋ ਦਾ ਮਤਲਬ ਹੈ ਬੇਰੂਨੀ, ਗੱਡੀ ਤੋਂ ਬਾਹਰ। ਸਪੇਕੀ ਹੈ ਸ਼ੀਸ਼ਾ, ਰੇਤਰੋਵੀਜ਼ੋਰੀ ਪਿੱਛੇ ਵੇਖਣ ਵਾਲਾ, ਗੱਡੀ ਦੇ ਪੈ ਪਿਛਲੇ ਪਾਸੇ ਰਾਹ ਨੂੰ ਵੇਖਣ ਵਾਸਤੇ। ਇਸਤੇਰਨੋ ਇਹ ਜਿਹੜੀ ਚੀਜ਼ ਹੈ, ਇਸਤੇਰਨੋ ਬੇਰੂਨੀ ਹਿੱਸਾ। ਸਪੇਕੀ ਰੇਤਰੋਵੀਜ਼ੋਰੀ ਇਸਤੇਰਨੋ, ਇਹਨੂੰ ਆਉਂਦੇ ਨੇ ਸਪੇਕੀ ਇਹ ਵਾਲਾ ਸ਼ੀਸ਼ਾ, ਇਹ ਸ਼ੀਸ਼ੇ ਨੂੰ ਸਪੇਕੀ ਰੇਤਰੋਵੀਜ਼ੋਰੀ। ਇਸ ਸ਼ੀਸ਼ੇ ਦੇ ਵਿੱਚੋਂ ਵੀ ਅਸੀਂ ਬਾਹਰੋਂ ਵਹਿੰਦੇ ਹਾਂ, ਪਿਛਲੇ ਪਾਸਿਓਂ ਵਹਿੰਦੇ ਹਾਂ, ਬੈਕ ਸਾਈਡ ਤੋਂ, ਪਰ ਇਹਨੂੰ ਆਉਂਦੇ ਨੇ ਇੰਤੇਰਨੋ। ਇਹ ਗੱਡੀ ਦੇ ਅੰਦਰ ਲੱਗਾ ਹੁੰਦਾ, ਇਹਨੂੰ ਕੀ ਆਉਂਦੇ ਨੇ ਇੰਤੇਰਨੋ, ਇਨ ਤੇਰਨੋ। ਅਤੇ ਦੂਸਰੇ ਨੂੰ ਆਉਂਦੇ ਨੇ ਇਸਤੇਰਨੋ। ਅੱਜ ਅਸਾਂ ਇਹਨਾਂ ਸ਼ੀਸ਼ਿਆਂ ਦੇ ਮਤਲਬ ਗੱਲ ਕਰਨੀ ਹੈ। ਇਹਦੇ ਵਿੱਚ ਸਭ ਤੋਂ ਅਹਿਮ ਚੀਜ਼ ਕੀ ਹੈ ਕਿ ਤੁਸਾਂ ਨਾਂ ਚੇਤੇ ਰੱਖਣਾ ਹੈ, ਸਪੇਕੀ ਰੇਤਰੋਵੀਜ਼ੋਰੀ, ਇਹ ਨਹੀਂ ਭੁੱਲਣਾ ਕਿ ਸ਼ੀਸ਼ਿਆਂ ਨੂੰ ਕੀ ਆਉਂਦੇ ਨੇ। ਸ਼ੀਸ਼ਿਆਂ ਨੂੰ ਆਉਂਦੇ ਨੇ ਸਪੇਕੀ ਰੇਤਰੋਵੀਜ਼ੋਰੀ, ਇਹਦਾ ਤੁਸੀਂ ਚੇਤਾ ਰੱਖਣਾ। ਸਵਾਲ ਨੰਬਰ 1, ਲੀ ਸਪੇਕੀ ਰੇਤਰੋਵੀਜ਼ੋਰੀ, ਜਿਹੜੇ ਸ਼ੀਸ਼ੇ ਨੇ ਪਿੱਛੋਂ ਵੇਖਣ ਵਾਸਤੇ, ਕੰਟਰੀਬਿਊਸਕੋਨੋ, ਕੰਟਰੀਬਿਊਟ ਕਰਦੇ ਨੇ, ਮਦਦ ਕਰਦੇ ਨੇ, ਆਲਾ ਵਿਜ਼ਿਓਨੇ ਵੇਖਣਾ, ਪਾਨੋਰਾਮਿਕਾ ਜਾਇਜ਼ਾ ਲੈਣਾ, ਚੈੱਕ ਕਰਨਾ, ਜਾਂ ਖੁੱਲ੍ਹਾ ਵੇਖਣਾ ਪਿੱਛੋਂ, ਦਿਲ ਕੰਦੂ ਚੇਨ ਅਤੇ ਡਰਾਈਵਰ ਦੀ। ਜਿਹੜੇ ਪਿਛਲੇ ਸ਼ੀਸ਼ੇ ਨੇ ਵੇਖਣ ਵਾਲੇ, ਉਹ ਮਦਦ ਦਿੰਦੇ ਨੇ ਪਿੱਛੋਂ, ਜਾਇਜ਼ਾ ਲੈਣਾ, ਡਰਾਈਵਰ ਨੂੰ ਇਹਦੀ ਮਦਦ ਲੱਭਦੀ ਹੈ, ਚੈੱਕ ਕਰਨਾ ਪਿੱਛੋਂ, ਖੁੱਲ੍ਹਾ ਵੇਖਣਾ। ਸਵਾਲ ਨੰਬਰ 2, ਵੇਰੋਵੇ ਲਈ ਸਪੇਕੀ ਰੇਤਰੋਵੀਜ਼ੋਰੀ, ਜਿਹੜੇ ਸ਼ੀਸ਼ੇ ਨੇ ਚਿੰਤਰਾਲੀ ਸੈਂਟਰ ਵਾਲਾ ਗੱਡੀ ਦੇ ਅੰਦਰ ਜਿਹੜਾ ਲੱਗਾ ਹੁੰਦਾ, ਇਹ ਔਰ ਲਾਤੇਰਾਲੀ ਬਾਹਰ ਵਾਲੇ, ਜਿਹਨੂੰ ਮੈਂ ਸਤੇਰਨੋ ਪਿਆਉਂਦਾ ਹਾਂ, ਗੱਡੀ ਦੇ ਜਿਹੜੇ ਬਾਹਰ ਲੱਗੇ ਨੇ, ਅਤੇ ਇਹ ਚਿੰਤਰਾਲੀ। ਚਿੰਤਰਾਲੀ ਇਹ ਵਾਲਾ ਹੋ ਗਿਆ ਜਿਹੜਾ ਸੈਂਟਰ ਵਿੱਚ, ਅਤੇ ਲਾਤੇਰਾਲੀ ਇਹ ਦੋ ਹੋ ਗਏ। ਅੱਛਾ ਜੀ, ਚਿੰਤਰਾਲੀ ਇਹ ਲਾਤੇਰਾਲੀ ਦੀ ਉਨ ਆਟੋ ਵਹੀਕਲੋ, ਇੱਕ ਗੱਡੀ ਦੇ ਦੇਵਨ ਐਸੇ ਰੇ ਜ਼ਰੂਰੀ ਨੇ ਰੇਗੋਲਾ ਤੋਂ, ਉਹਨਾਂ ਨੂੰ ਤੁਸੀਂ ਸੈੱਟ ਕਰੋ, ਦੁੱਪ ਬਾਅਦ ਵਿੱਚੋਂ ਕੇ ਜੋ ਇਸ ਤਾਤਾ ਰੇਗੋਲਾਤਾ ਉਹਨੇ ਸੈੱਟ ਕਰ ਲਈ ਹੈ, ਲਾ ਪੋਜੀਸੀਓਨ ਪੋਜੀਸ਼ਨ ਦਿਲ ਸੇ ਦਿਲ ਕੁਰਸੀ ਦੀ ਦੀ ਗੂਈ ਦਾ ਗੱਡੀ ਚਲਾਉਣ ਵਾਲੀ। ਅੰਦਰ ਜਿਹੜੇ ਬੈਕ ਵੇਖਣ ਵਾਲੇ ਸ਼ੀਸ਼ੇ ਨੇ, ਚਿੰਤਰਾਲੀ ਵਾਲੇ ਵੀ ਅਤੇ ਲਾਤੇਰਾਲੀ ਵਾਲੇ ਵੀ, ਇਹ ਵਾਲੇ, ਇਹਨਾਂ ਨੂੰ ਤੁਸੀਂ ਸੈੱਟ ਕਰਨਾ ਬਾਅਦ ਵਿੱਚੋਂ, ਜਦੋਂ ਤੁਸਾਂ ਸੈੱਟ ਕਰ ਲੈਣੀ ਹੈ ਡਰਾਈਵਿੰਗ ਵਾਲੀ ਕੁਰਸੀ। ਕੁਰਸੀ ਆਪਣੀ ਸੈੱਟ ਕਰਨ ਤੋਂ ਬਾਅਦ ਤੁਸਾਂ ਇਹ ਸ਼ੀਸ਼ੇ ਸੈੱਟ ਕਰਨੇ ਨੇ, ਜ਼ਿਹਨ 'ਚ ਰੱਖ ਲੈਣੀ ਹੈ ਗੱਲ। ਸ਼ੀਸ਼ੇ ਅਸਾਂ ਸੈੱਟ ਉਦੋਂ ਕਰਨੇ ਨੇ ਜਦੋਂ ਅਸਾਂ ਜਿਹੜੀ ਡਰਾਈਵਿੰਗ ਵਾਲੀ ਸੀਟ ਹੈ ਆਪਣੀ, ਉਹਨੂੰ ਅਸਾਂ ਸੈੱਟ ਕਰ ਲੈਣਾ, ਸੇਹ ਦੀ ਲੈ ਕੁਰਸੀ, ਉਹਦੀ ਪੁਜ਼ੀਸ਼ਨ ਨੂੰ ਅਸਾਂ ਸੈੱਟ ਕਰਕੇ ਸਾਰ। ਜਦੋਂ ਤੁਸੀਂ ਗੱਡੀ 'ਤੇ ਬਹਿੰਦੇ ਹੋ, ਪਹਿਲੇ ਸਟੈਪ 'ਤੇ ਤੁਸੀਂ ਆਪਣੀ ਗੱਡੀ ਦੀ ਸੀਟ ਸੈੱਟ ਕਰਨੀ ਹੈ, ਤਾਂ ਕਿ ਤੁਹਾਡੇ ਪੈਰ ਸਹੀ ਤਰ੍ਹਾਂ ਫ੍ਰਿਸੀਓਨੇ, ਕਲੱਚ, ਰੇਸ ਔਰ ਬ੍ਰੇਕ 'ਤੇ ਟੁਰ ਜਾਣ। ਉਹ ਤੁਹਾਡੀ ਐਡਜਸਟਮੈਂਟ ਹੋ ਗਈ, ਉਸ ਤੋਂ ਬਾਅਦ ਤੁਸੀਂ ਫਿਰ ਸੀਟ ਸ਼ੀਸ਼ੇ ਸੈੱਟ ਕਰਨੇ ਨੇ। ਸਵਾਲ ਨੰਬਰ 3, ਲਈ ਸਪੇਕੀ ਰੇਤਰੋਵੀਜ਼ੋਰੀ, ਜਿਹੜੇ ਸ਼ੀਸ਼ੇ ਨੇ ਪਿੱਛੋਂ ਵੇਖਣ ਵਾਲੇ, ਦੇਵਨ ਐਸੇ ਜ਼ਰੂਰੀ ਉਤਰੀ ਜ਼ਾਤੀ ਉਹਨਾਂ ਦੇ ਇਸਤੇਮਾਲ ਦਲ ਕੰਦੂਚਿੰਨ ਅਤੇ ਡਰਾਈਵਰ ਦਾ ਪਿਰ ਕੰਟਰੋਲ ਆ ਰਹੇ, ਉਹ ਕੰਟਰੋਲ ਕਰੇ ਪ੍ਰੀਮਾ ਦੀ ਜ਼ਬਲਤ ਆ ਰਹੇ ਮੁਰਨ ਤੋਂ ਪਹਿਲਾਂ, ਕਿ ਨੋਨ ਸੋਪਰਾ ਜੂੰਗਾ ਨੂੰ ਉਹਦੇ ਕੋਈ ਨਜ਼ਦੀਕ ਨਾ ਹੋਏ ਵਹੀਕਲ ਗੱਡੀ ਦਾ ਦੀਏਤਰੋ ਉਹਦੇ ਪਿੱਛੇ।
ਹੁਣ ਇਹ ਤੁਹਾਡੀ ਗੱਡੀ ਜਾਂ ਅਗਰ ਇਹ ਤੁਹਾਡੀ ਗੱਡੀ ਏ ਤੇ ਤੁਸਾਂ ਕੀ ਕਰਨਾ ਮੁਰਨ ਤੋਂ ਪਹਿਲਾਂ ਅਗਰ ਤੁਸਾਂ ਖੱਬੇ ਮੁਰਨਾ ਤਾਂ ਪਹਿਲਾਂ ਤੁਸਾਂ ਇਹਨਾਂ ਸ਼ੀਸ਼ਿਆਂ 'ਚ ਵੇਖਣਾ, ਸ਼ੀਸ਼ਿਆਂ 'ਚ ਵੇਖਣ ਤੋਂ ਬਾਅਦ ਤੁਸਾਂ ਖੱਬੇ ਮੁਰਨਾ, ਵੇਖਣਾ ਕੀ ਹੈ ਕਿ ਕੀ ਪੈਂਦਾ ਕਿ ਪ੍ਰੀਮਾ ਦੀ ਜ਼ੁਵਲ ਤਾਰੇ ਮੁਰਨ ਤੋਂ ਪਹਿਲਾਂ ਇਹਨਾਂ ਸ਼ੀਸ਼ਿਆਂ 'ਚ ਵੇਖੋ ਕਿ ਨੋਨ ਸੋਪਰਾ ਜੂੰਗੋ ਨਾ ਤੁਹਾਡੇ ਪਿੱਛੇ, ਤੁਹਾਡੇ ਨਜ਼ਦੀਕ ਨਾ ਹੋਏ ਵਹੀਕਲੀ ਗੱਡੀ ਦਾ ਦੀਏਤਰੋ ਤੁਹਾਡੇ ਪਿੱਛੇ, ਇਹਨਾਂ ਸ਼ੀਸ਼ਿਆਂ 'ਚ ਤੁਸਾਂ ਵੇਖਣਾ ਕਿ ਤੁਹਾਡੇ ਪਿੱਛੇ ਗੱਡੀ ਨਾ ਆਵੇ। ਅਗਰ ਤੁਸੀਂ ਇੱਧਰ ਜਾਣਾ ਤਾਂ ਫਿਰ ਇਸ ਸ਼ੀਸ਼ੇ 'ਚ ਵੇਖਣਾ ਕਿ ਇੱਧਰ ਤੁਹਾਡੇ ਨਜ਼ਦੀਕ ਗੱਡੀ ਤਾਂ ਨਹੀਂ ਹੈ, ਵੇਰੋ ਹੋ ਗਿਆ। ਸਵਾਲ ਨੰਬਰ 4, ਲਿਸਪੇਕੀ ਰੇਤਰੋ ਵਿਜ਼ੋਰੀ, ਜਿਹੜੇ ਸ਼ੀਸ਼ੇ ਨੇ ਪਿੱਛੇ ਵੇਖਣ ਵਾਲੇ, ਦੇਵੋ ਨੂੰ ਐਸੇ ਜ਼ਰੂਰੀ ਹੈ ਉਤਲੀ ਜ਼ਾਤੀ ਉਹਨਾਂ ਦਾ ਇਸਤੇਮਾਲ ਕਰੋ, ਫਿਰ ਉਨ ਕੰਟਰੋਲੋ ਕੰਟਰੋਲ ਕਰਨ ਲਈ, ਚੈੱਕ ਕਰਨ ਲਈ, ਦੇਲਾ ਸਤਰਾਦਾ ਰੋਡ ਦੀਏਤਰੋ ਪਿੱਛੇਓਂ ਬੈਕ ਸਾਈਡ ਤੋਂ ਅਲਵੇਈ ਕੋਲੋ ਗੱਡੀ ਦੇ, ਉਹਨਾਂ ਦਾ ਇਹਨਾਂ ਸ਼ੀਸ਼ਿਆਂ ਦਾ ਇਸਤੇਮਾਲ ਕਰੋ ਰੋਡ ਦੇ ਪਿੱਛੋਂ ਕੰਟਰੋਲ ਕਰਨ ਵਾਸਤੇ। ਪ੍ਰੀਮਾ ਦੀ ਇਨੀਸ਼ਿਆਰੇ ਸ਼ੁਰੂ ਕਰਨ ਤੋਂ ਪਹਿਲਾਂ, ਪ੍ਰੀਮਾ ਹੁੰਦਾ ਪਹਿਲਾਂ ਦੀ ਇਨੀਸ਼ਿਆਰੇ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਮਾਨੋਵਰਾ ਇੱਕ ਕਮਲ ਦੀ ਪਰਕੇਜੋ ਪਾਰਕਿੰਗ ਲਾਨ ਦਾ ਇਨ ਰੇਤਰੋ ਮਾਰਚਾ ਬੈਕ ਸਾਈਡ ਤੇ ਰਿਵਰਸ ਆਉਂਦਾ, ਇਹਨਾਂ ਸ਼ੀਸ਼ਿਆਂ ਦਾ ਇਸਤੇਮਾਲ ਕਰੋ। ਤੁਸੀਂ ਜਦੋਂ ਪਰਕੇਜੋ ਲਾਣੀ ਹੈ ਅਤੇ ਰੇਤਰੋ ਮਾਰਚਾ ਕਰਨਾ, ਉਹ ਅਮਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਇਹਨਾਂ ਸ਼ੀਸ਼ਿਆਂ ਦਾ ਇਸਤੇਮਾਲ ਕਰਨਾ, ਪਿੱਛੇ ਕੋਈ ਚੀਜ਼ ਤਾਂ ਨਹੀਂ ਹੈ, ਵੇਰੋ ਹੋ ਗਿਆ। ਸਵਾਲ ਨੰਬਰ 5, ਲਿਸਪੇਕੀ ਰੇਤਰੋ ਵਿਜ਼ੋਰੀ, ਜਿਹੜੇ ਸ਼ੀਸ਼ੇ ਨੇ, ਦੇਵੋ ਨੂੰ ਐਸੇ ਜ਼ਰੂਰੀ ਹੈ ਉਤਲੀ ਜ਼ਾਤੀ ਉਹਨਾਂ ਦਾ ਇਸਤੇਮਾਲ, ਫਿਰ ਉਹਨੂੰ ਕੰਟਰੋਲੋ ਕੰਟਰੋਲ ਕਰਨਾ, ਦੇਲਾ ਸਤਰਾਦਾ ਰੋਡ ਦਾ ਦੀਏਤਰੋਂ ਪਿੱਛੋਂ ਅਲਵੇਈ ਕੋਲੋਂ ਗੱਡੀ ਦੇ, ਪ੍ਰੀਮਾ ਦੀ ਇਨੀਸ਼ਿਆਰੇ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਮਾਨੋਵਰਾ ਇੱਕ ਕਮਲ ਦੀ ਸੁਰ ਪਾਸੋ ਓਵਰਟੇਕਿੰਗ ਦਾ, ਇੱਥੇ ਤੁਹਾਡੇ ਅੱਗੇ ਗੱਡੀ ਜਾ ਰਹੀ ਹੈ, ਇਹ ਗੱਡੀ ਤੁਹਾਡੇ ਅੱਗੇ ਜਾ ਰਹੀ ਹੈ, ਤੁਸਾਂ ਕੀ ਕਰਨਾ ਹੁਣ ਇਹਨੂੰ ਓਵਰਟੇਕ ਕਰਨਾ ਆਪਣੇ ਕੁਰਸੀਏ ਤੋਂ ਇਸ ਕੁਰਸੀਏ 'ਚ ਆਉਂਦਾ ਕਿ ਓਵਰਟੇਕਿੰਗ ਦਾ ਅਮਲ ਸ਼ੁਰੂ ਕਰਨ ਤੋਂ ਪਹਿਲਾਂ ਤੁਸਾਂ ਚੈੱਕ ਕਰਨਾ ਉਤਲੀ ਜ਼ਾਤੀ ਇਸਤੇਮਾਲ ਕਰਨਾ ਸ਼ੀਸ਼ਿਆਂ ਦਾ, ਕਿ ਇੱਥੇ ਓਵਰਟੇਕ ਕਰਨਾ, ਇੱਥੇ ਕੋਈ ਪਿੱਛੇ ਤੁਹਾਡੇ ਗੱਡੀ ਤਾਂ ਨਹੀਂ ਹੈ, ਇਹ ਤੁਸੀਂ ਚੈੱਕ ਕਰਨਾ ਆਪਣੇ ਸ਼ੀਸ਼ੇ ਤੋਂ, ਵੇਰੋ ਹੋ ਗਿਆ। ਸਵਾਲ ਨੰਬਰ 6, ਇਲ ਕੰਟਰੋਲੋ ਦੇ ਲਿਸਪੇਕੀ ਰੇਤਰੋ ਵਿਜ਼ੋਰੀ ਪਰਮਿਤ ਇਜਾਜ਼ਤ ਦਿੰਦਾ ਦੀ ਕੰਪਲੇਤਾਰੇ ਮੁਕੰਮਲ ਕਰੋ ਇਨ ਸਿਕੁਰੇਸਾ ਹਫਾਜ਼ਤ ਦੇ ਨਾਲ, ਲਾ ਮਨੋਵਰਾ ਦੇ ਸੁਰ ਪਾਸੋ ਓਵਰਟੇਕਿੰਗ ਦਾ ਅਮਲ, ਸ਼ੀਸ਼ੇ ਜਿਹੜੇ ਨੇ ਉਹ ਮਦਦ ਕਰਦੇ ਨੇ, ਇਜਾਜ਼ਤ ਦਿੰਦੇ ਨੇ ਤਾਂ ਕਿ ਤੁਸੀਂ ਹਿਫਾਜ਼ਤ ਦੇ ਨਾਲ ਸਿਕਿਓਰ ਤਰੀਕੇ ਦੇ ਨਾਲ ਓਵਰਟੇਕ ਕਰ ਲਓ। ਅਗਰ ਤੁਸੀਂ ਕਰ ਲਓ ਤਾਂ ਪਿੱਛੋਂ ਤੁਸੀਂ ਵੇਖ ਲਓ ਗੱਡੀ ਹੈ ਜਾਂ ਨਹੀਂ, ਅਤੇ ਵੇਰਵੇ ਦੇ ਵਿੱਚ ਹੈ ਮਦਦ ਦਿੰਦੇ ਨੇ। ਸਵਾਲ ਨੰਬਰ 7, ਲਿਸਪੇਕੀ ਰੇਤਰੋ ਵਿਜ਼ੋਰੀ, ਦੇਵੋ ਨੂੰ ਐਸੇ ਜ਼ਰੂਰੀ ਹੈ ਉਤਲੀ ਜ਼ਾਤੀ ਉਹਨਾਂ ਦਾ ਇਸਤੇਮਾਲ, ਫਿਰ ਉਹਨੂੰ ਕੰਟਰੋਲੋ ਕੰਟਰੋਲ ਕਰਨਾ, ਦੇਲਾ ਸਤਰਾਦਾ ਰੋਡ ਦਾ ਦੀਏਤਰੋਂ ਪਿੱਛੇਓਂ ਅਲਵੇਈ ਕੋਲੋਂ ਗੱਡੀ ਦੇ, ਉਹ ਨਹੀਂ ਬੋਲਤਾ ਹਰ ਦਫਾ ਕਿ ਆ ਉਨ ਇਨਕਰੋਚੋ ਇੱਕ ਚੌਕੇ ਸੀ ਇਨ ਤਿੰਨ ਦੇ, ਜਿਹਦੇ 'ਚ ਉਹ ਇਰਾਦਾ ਰੱਖਦਾ ਪ੍ਰੋਸੀਗੁਇਰੇ ਦ੍ਰਿਤੋ ਸਿੱਧਾ ਜਾਣ ਦਾ, ਕਹਿੰਦਾ ਕਿ ਹਰ ਦਫਾ ਅੱਗੇ ਅਗਰ ਅੱਗੇ ਤੁਹਾਡੇ ਚੌਕ ਆ ਗਿਆ ਤੇ ਤੁਸੀਂ ਇੱਥੋਂ ਜੇ ਸਿੱਧਿਆਂ ਜਾਣਾ, ਨਾ ਇੱਧਰ ਹੋਣਾ ਨਾ ਇੱਧਰ ਹੋਣਾ, ਤੁਸੀਂ ਇਰਾਦਾ ਰੱਖਦੇ ਹੋ, ਉਹ ਨਹੀਂ ਬੋਲਤਾ ਹਰ ਦਫ਼ਾ ਕਿ ਉਹਨੇ ਇਨਕਰੋਚੇ ਇੱਕ ਚੌਕ ਸੀ ਇਨ ਤੈਨ ਦੇ, ਉਹ ਇਰਾਦਾ ਰੱਖਦਾ ਪ੍ਰੋਸੀਗੁਇਰੇ ਦ੍ਰਿਤਾ ਜਾਣ ਦ੍ਰਿਤੋ, ਕਿਉਂ ਉਹਨੇ ਅੱਜ ਸਿੱਧਿਆਂ ਜਾਣਾ, ਲੇਕਿਨ ਆਉਂਦਾ ਫਿਰ ਵੀ ਉਹ ਸ਼ੀਸ਼ਿਆਂ ਦੇ ਪਿੱਛੋਂ ਵਿਲਾਜ਼ਮੀ ਵੇਖੇ, ਅਗਰ ਇੱਕ ਚੌਕ ਹੈ ਉਹਨੇ ਸਿੱਧਿਆਂ ਜਾਣਾ ਤਾਂ ਉਹਨੇ ਪਿੱਛੋਂ ਤਾਂ ਨਹੀਂ ਨਾ ਵੇਖਣਾ ਕਿ ਉਹ ਪਿੱਛੋਂ ਆਪਣਾ ਲਾਜ਼ਮੀ ਵੇਖੇ, ਇਸ ਲਈ ਸਵਾਲ ਫੇਲ ਫਾਲਸ ਹੋਵੇ। ਉਹ ਕਹਿੰਦੇ ਕਿ ਕੰਟਰੋਲਰ ਕਰੋ ਦੇ ਲਾ ਸਦਰਾਦਰ ਰੋਡ ਦਾ ਦੀਏ ਤਰਲ ਵੇਖ ਲਓ ਗੱਡੀ ਦੇ ਪਿੱਛੋਂ, ਉਹ ਨਹੀਂ ਬੋਲਤਾ ਕਿ ਉਹ ਨਹੀਂ ਨਕਰੋਚੋ ਇੱਕ ਚੌਕ ਏ ਸੀ ਇਨ ਤੈਨ ਦੇ ਪ੍ਰੋਸੀਗੁਰੇ ਦ੍ਰਿਤੋ, ਇੱਥੋਂ ਫਾਲਸੋ ਪਿਆ ਹੁੰਦਾ, ਜ਼ਿਹਨ 'ਚ ਰੱਖ ਲਵੋ ਧਿਆਨ ਦੇ ਨਾਲ ਗੌਰ ਦੇ ਨਾਲ ਵੇਖ ਲਵੋ ਕਿ ਪ੍ਰੋਸੀਗੁਰੇ ਦ੍ਰਿਤੋ ਤੋਂ ਪਿਆ ਫਾਲਸੋ ਹੁੰਦਾ, ਜਦੋਂ ਇੱਕ ਚੌਕ ਏ ਤੁਸੀਂ ਸਿੱਧਿਆਂ ਜਾਣਾ ਤਾਂ ਪਿੱਛੋਂ ਤੁਹਾਡਾ ਵੇਖਣਾ ਨਹੀਂ ਬਣਦਾ। ਅੱਛਾ ਜੀ, ਸਵਾਲ ਨੰਬਰ 8, ਲੇ ਡਿਮੈਂਸਿਓਨੀ ਸਾਈਜ਼ ਦੇ ਲਿਸਪੇਕੀ ਸ਼ੀਸ਼ਿਆਂ ਦੇ ਰੇਤਰੋ ਵਿਜ਼ੋਰੀ, ਜਿਹੜੇ ਪਿੱਛੋਂ ਵੇਖਣ ਵਾਲੇ ਨੇ, ਸੋਨੋ ਪ੍ਰੋਪੋਰਸ਼ਨਲ ਉਹ ਹਿਸਾਬ ਨਾਲ ਹੁੰਦੇ ਨੇ, ਅਲਾ ਚਿਲਿੰਦਰਾਤਾ ਦਿਲ ਵੇਈ ਕੋਲੋਂ
ਗੱਡੀ ਦੇ ਸਿਲੰਡਰ ਦੇ ਹਿਸਾਬ ਨਾਲ ਹੁੰਦੇ ਨੇ, ਕਿੰਨੇ ਸਿਲੰਡਰ ਗੱਡੀ ਹੈ, ਅਗਰ ਗੱਡੀ ਵੱਡੀ ਹੈ ਤਾਂ ਸ਼ੀਸ਼ੇ ਵੱਡੇ ਹੁੰਦੇ ਨੇ, ਗੱਡੀ ਛੋਟੀ ਹੈ ਉਹਦੇ ਸਿਲੰਡਰ ਛੋਟੇ ਥੋੜ੍ਹੇ ਨੇ, ਸਿਲੰਡਰਾਂ ਦੇ ਹਿਸਾਬ ਨਾਲ ਹੈ। ਫਾਲਸੋ, ਗੱਡੀ ਦਾ ਸ਼ੀਸ਼ਿਆਂ ਦੀ ਡਿਮੈਂਸੀਓਂ ਨਹੀਂ, ਸਾਈਜ਼ ਜਿਹੜਾ ਗੱਡੀ ਦੇ ਸਿਲੰਡਰ ਦੇ ਹਿਸਾਬ ਨਾਲ ਨਹੀਂ ਕਿ 4 ਸਿਲੰਡਰ ਹੈ 6 ਸਿਲੰਡਰ ਹੈ, ਇਹਦੇ ਨਾਲ ਦਾ ਕੋਈ ਤਲਕ ਨਹੀਂ। ਸਵਾਲ ਨੰਬਰ 9, ਦੌਰਾਨ ਤੇ ਉਹਨਾਂ ਮਨੋਵਰਾਂ ਦੀ ਪਰਕੇਜੋ ਇੱਕ, ਜਦੋਂ ਤੁਸੀਂ ਅਮਲ ਕਰਦੇ ਹੋ ਪਾਰਕਿੰਗ ਦਾ ਇਨ ਰੇਤਰੋ ਮਾਰਚਾ ਬੈਕ ਨੋਨ ਇਹ ਨੇਚੇ ਸਾਰੀਏ ਨਹੀਂ ਜ਼ਰੂਰੀ ਉਤਲੀ ਜ਼ਾ ਰਹੇ ਇਸਤੇਮਾਲ ਲਈ ਸਪੇਕੀ ਸ਼ੀਸ਼ਿਆਂ ਦਾ ਰੇਤਰੀ ਵਜ਼ੋਰੀ ਪਿੱਛੋਂ ਵੇਖਣ ਵਾਲਾ ਸੇ ਅਗਰ ਇਲ ਵਹੀਕਲੋ ਗੱਡੀ ਇਹ ਹੈ ਜੋ ਤਾਤੋ ਰੱਖਦੀ ਹੈ ਦੀ ਸੈਂਸੋਰੀ ਸੈਂਸਰ ਦੀ ਪਰਕੇਜੋ ਪਾਰਕਿੰਗ ਵਾਲੇ ਅੰਦਰ, ਅਗਰ ਇੱਕ ਗੱਡੀ ਸੈਂਸਰ ਰੱਖ ਲਈ ਹੈ ਨਾ ਪਾਰਕਿੰਗ, ਜਦੋਂ ਤੁਸੀਂ ਰਿਵਰਸ ਲਾਉਂਦੇ ਹੋ ਤਾਂ ਤੁਹਾਨੂੰ ਪਤਾ ਸੈਂਸਰ ਵਾਲੀਆਂ ਗੱਡੀਆਂ ਨੇ, ਕਹਿੰਦਾ ਅਗਰ ਗੱਡੀ ਦੇ ਵਿੱਚ ਸੈਂਸਰ ਲੱਗਿਆ ਜਿਹਦੇ ਪਿੱਛੇ ਅਗਰ ਇੱਥੇ ਕੋਈ ਚੀਜ਼ ਆਈ ਤਾਂ ਟਾਂ 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 ਕਰਨ ਲੱਗ ਪੈਂਦੀ ਹੈ, ਉਹ ਸੈਂਸਰ ਲੱਗੇ ਨੇ ਤਾਂ ਫਿਰ ਜ਼ਰੂਰਤ ਨਹੀਂ ਹੈ ਕਿ ਤੁਸੀਂ ਸ਼ੀਸ਼ਿਆਂ ਦੇ ਵਿੱਚੋਂ ਪਿੱਛੋਂ ਵੇਖੋ। ਨੋਨ ਇਹ ਨੇਚੇ ਸਾਰੀਓ ਨਹੀਂ ਜ਼ਰੂਰੀ ਉਤਲੀ ਜ਼ਾਰੀ ਇਸਤੇਮਾਲ ਲਈ ਸਪੇਕੀ ਦੀ ਤਰਵਜ਼ੋਰੀ ਸ਼ੀਸ਼ਿਆਂ ਦਾ ਅਗਰ ਗੱਡੀ ਰੱਖ ਰਹੀ ਹੈ ਸੈਂਸਰ। ਸਵਾਲ ਨੰਬਰ 10, ਲਿਸਪੇਕੀ ਰੈਟਰੋਵਿਜ਼ੋਰੀ ਪਿੱਛੋਂ ਵੇਖਣ ਵਾਲੇ ਸ਼ੀਸ਼ੇ ਨਿਲ ਲੋਰੋ ਕੰਪਲੇਸੋ ਦੇ ਸ਼ਾਮਲ ਹੈ ਇਜਾਜ਼ਤ ਕੌਨਸੈਂਟ ਤੋਂ ਇਜਾਜ਼ਤ ਦਿੰਦਾ ਹੈ ਕੰਡੂਸਰ ਡਰਾਈਵਰ ਦੀ ਵਧੇਰੇ ਵੇਖੇ ਇਨ 13 ਮੁਕੰਮਲ ਆਰੀਆ ਦੀ ਸਰਾਦਾ ਰੋਡ ਦਾ ਪੂਰਾ ਹਿੱਸਾ ਦੀਏਤਰੋ ਪਿੱਛੋਂ ਏ ਔਰ ਇਨ 13 ਅਲ ਵਹੀਕਲੋ ਔਰ ਗੱਡੀ ਦੇ ਅੰਦਰੋਂ ਅਤੇ ਆਸ ਪਾਸ ਤੋਂ ਆਂਦਾ ਪਿੱਛੇ ਜਿਹੜੇ ਵੇਖਣ ਵਾਲੇ ਸ਼ੀਸ਼ੇ ਨੇ ਨਾ ਉਹ ਵਹਾਂਦੇ ਨੇ ਇਨ 13 ਆਰੀਆ ਦੀ ਸਤਰਾਦਾ ਰੋਡ ਦਾ ਮੁਕੰਮਲ ਹਿੱਸਾ ਵਹਾਉਂਦੇ ਨੇ ਗੱਡੀ ਦੇ ਪਿੱਛੋਂ, ਇਹ ਤੁਹਾਨੂੰ ਪਤਾ ਹੈ ਕਿ ਰੋਡ ਦਾ ਮੁਕੰਮਲ ਹਿੱਸਾ ਇਹ ਸ਼ੀਸ਼ੇ ਨਹੀਂ ਵਹਾਉਂਦੇ ਘੱਟ ਹਿੱਸਾ ਵਹਾਉਂਦੇ ਨੇ, ਆਂਦਾ ਪਿੱਛੋਂ ਵੀ ਅਤੇ ਇਨ 13 ਆਲਿਓ ਦੁਆਲਿਓ ਵੀ ਇਹ ਸਭ ਕੁਛ ਵਹਾਉਂਦੇ ਨੇ, ਅਤੇ ਫਾਲਸਾ ਹੋ ਗਿਆ। ਇਹ ਜ਼ਿਹਨ 'ਚ ਰੱਖਣਾ ਇਨ 13 ਆਰੀਆ ਦੀ ਸਤਰਾਦਾ ਰੋਡ ਦਾ ਪੂਰਾ ਹਿੱਸਾ ਇਨ 13 ਆਰੀਆ ਦੀ ਸਤਰਾਦਾ ਇਹ ਸ਼ੀਸ਼ੇ ਨਹੀਂ ਵਹਾਉਂਦੇ। ਲੀ ਆਟੋ ਕਾਰਵਾਨ, ਆਟੋ ਕਾਰਵਾਨ ਦਾ ਤੁਹਾਨੂੰ ਪਤਾ ਜਿਹੜੀ ਗੱਡੀ ਰਿਹਾਇਸ਼ੀ ਰਿਹਾਇਸ਼ੀ ਦੇ ਵਿੱਚ ਜੀ ਰੱਖਦੇ ਨੇ ਸੌਂਦੇ ਨੇ ਘਰ ਬਣਿਆ ਹੁੰਦਾ ਪੋਸੋਨ ਹੋ ਸਕਦੇ ਨੇ ਨੋਨ ਨੈਸਰੇ ਤੋਂ ਤਾਤੀ ਕਿਉਂ ਨਹੀਂ ਰੱਖਦੇ ਦੀ ਸਪੇਕੀ ਰੈਟਰੋਵਿਜ਼ੋਰੀ ਪਿੱਛੋਂ ਵੇਖਣ ਵਾਲੇ ਸ਼ੀਸ਼ੇ ਸੇ ਅਗਰ ਇਲ ਰਹਿੰਦੇ ਨੋ ਉਹ ਬਣਾ ਉਹ ਨਾ ਬਣਾਉਂਦੇ ਨੇ ਤਰੋਪੋ ਇਨ ਗੁੰਬਰਾਂਤੀ ਇਨ ਲਾਰਗੇਜ਼ਾ, ਅਗਰ ਉਹਨਾਂ ਦੀ ਲਾਰਗੇਜ਼ਾ ਬਹੁਤ ਜ਼ਿਆਦਾ ਹੈ ਤਾਂ ਉਹ ਫਿਰ ਕੀ ਉਹਨਾਂ ਦੇ ਜਿਹੜੇ ਬਾਹਰ ਸ਼ੀਸ਼ੇ ਨੇ ਗੱਡੀ ਦੇ ਇਹ ਨਹੀਂ ਹੁੰਦੇ। ਫਾਲਸ ਹੈ, ਸ਼ੀਸ਼ੇ ਹਰ ਇੱਕ ਗੱਡੀ ਦੇ ਲੱਗੇ ਹੁੰਦੇ ਨੇ ਅਤੇ ਲਾਰਗੇਜ਼ਾ ਦਾ ਇੱਕ ਕਾਨੂੰਨ ਹੈ, ਇਹ ਨਹੀਂ ਕਿ ਅਗਰ ਉਹ ਰਿਹਾਇਸ਼ੀ ਆਬਾਦੀ ਵਾਲੀ ਆਟੋ ਕਾਰਵਾਨ ਬਹੁਤ ਉਹਦੀ ਲਾਰਗੇਜ਼ਾ ਵੱਡੀ ਹੈ ਤਾਂ ਫਿਰ ਇੱਥੇ ਉਹਨਾਂ ਸਾਈਡ ਦੇ ਉੱਤੇ ਸ਼ੀਸ਼ੇ ਨਹੀਂ ਲਾਏ ਉਹਨੇ। ਫਾਲਸ ਹੋ। ਸਵਾਲ ਨੰਬਰ 12, ਲਾ ਰੈਗੂਲਾਸੀਓ ਉਹਨਾਂ ਦੇ ਲਈ ਸਪੇਕੀ ਰੈਟਰੋਵਿਜ਼ੋਰੀ ਦੇਵੇ ਜ਼ਰੂਰੀ ਹੈ ਦੀ ਨੋਰਮਾ ਕਾਨੂੰਨ ਦੇ ਮੁਤਾਬਕ ਇਹ ਸਿਰਫ ਤੁਆਦਾ ਕਰ ਸਕਦੇ ਹਾਂ ਕੌਨ ਇਲ ਵਹੀਕਲ ਇਨ ਮਾਰਚਾ, ਇੱਕ ਗੱਡੀ ਜਦੋਂ ਚੱਲ ਰਹੀ ਹੈ ਆਂਦਾ ਜਦੋਂ ਗੱਡੀ ਚੱਲਦੀ ਹੈ ਵੀ ਉਦੋਂ ਤੁਸਾਂ ਜਿਹੜੀ ਹੈ ਨਾ ਸ਼ੀਸ਼ੇ ਨੂੰ ਸੈੱਟ ਕਰਨਾ, ਲਾ ਰੈਗੂਲਾਸੀਓ ਨੇ ਸੈੱਟ ਕਰਨਾ ਦੇ ਲਈ ਸਪੇਕੀ ਸ਼ੀਸ਼ਿਆਂ ਨੂੰ ਰੈਟਰੋਵਿਜ਼ੋਰੀ ਬੈਕ ਦੇਵੇ ਜ਼ਰੂਰੀ ਹੈ ਦੀ ਨੋਰਮਾ ਕਾਨੂੰਨ ਦੇ ਮੁਤਾਬਕ ਇਹ ਸਿਰਫ ਤੁਆਤਾ ਉਹਨਾਂ ਨੂੰ ਕਰਨਾ ਕੌਨ ਇਲ ਵਹੀਕਲ ਇਨ ਮਾਰਚਾ, ਜਦੋਂ ਗੱਡੀ ਚੱਲਦੀ ਹੈ ਪਈ ਗੱਡੀ ਖਲੋਤੀ ਦੇ ਵਿੱਚ ਪਹਿਲਾਂ ਅਸਾਂ ਕੁਰਸੀ ਆਪਣੀ ਸੈੱਟ ਕਰਨੀ ਹੈ ਸੀਟ ਡਰਾਈਵਿੰਗ ਸੀਟ ਸੈੱਟ ਕਰਨੀ ਹੈ ਅਤੇ ਉਸ ਤੋਂ ਬਾਅਦ ਅਸਾਂ ਸ਼ੀਸ਼ੇ ਸੈੱਟ ਕਰਨੇ ਨੇ, ਅਤੇ ਆਂਦਾ ਗੱਡੀ ਚੱਲਦਿਆਂ ਹੋਇਆਂ ਵਹੀਕਲ ਇਨ ਮਾਰਚ ਹੈ ਤਾਂ ਤੁਸੀਂ ਉਦੋਂ ਸੈੱਟ ਕਰਨਾ ਸ਼ੀਸ਼ਾ। 13, ਲੀ ਸਪੇਕੀ ਰੈਟਰੋਵਿਜ਼ੋਰੀ ਇਸ 13ਵੀਂ ਬੇਰੂਨੀ ਦੇ ਲਈ ਆਉਤੋ ਵਹੀਕਲ ਗੱਡੀ ਦੇ ਪੋਸੋ ਨੂੰ ਇਸ ਸਿਰੇ ਹੋ ਸਕਦੇ ਨੇ ਸੁਸਤੀ ਤੁਈ ਤੋਂ ਤਬਦੀਲ ਕੌਨ ਆਲਤਰੀ ਦੀ ਤੀਪੋ ਦੀ ਦੂਸਰੀ ਕਿਸਮ ਨਾਲ ਦੀ ਫਰੇਨ 'ਤੇ ਜਿਹੜੀ ਮੁਖਤਲਫ ਹੈ ਉਹਦੇ ਤੋਂ ਪੁਰਕੇ ਇਸ ਸ਼ਰਦ ਨਾਲ ਦੀ ਸੁਪਰ ਫੀਚੇ ਮਾਜੋਰ ਹੈ ਅਗਰ ਉਹਦੇ ਤੋਂ ਵੱਡਾ ਹੈ, ਆਉਂਦਾ ਕਿ ਤੁਸੀਂ ਗੱਡੀ ਦੇ ਸ਼ੀਸ਼ੇ ਤਬਦੀਲ ਕਰ ਸਕਦੇ ਹੋ ਸੁਸਤੀ ਤੁਈ ਤੀ ਤਬਦੀਲ ਕਰ ਸਕਦੇ ਹੋ ਕੌਨ ਆਲਤਰੀ ਤੀਪੋ ਦੂਸਰੀ ਕਿਸਮ ਦੇ ਨਾਲ ਦੀ ਫਰੇਨ 'ਤੇ ਜਿਹੜੀ ਉਹਦੇ ਤੋਂ ਅਲੈਦਾ ਹੈ, ਫਰਜ਼ ਕਰੋ ਅਗਰ ਇੱਥੇ ਇਹ ਵਾਲਾ ਸਾਈਜ਼ ਲੱਗਣਾ ਹੈ ਤਾਂ ਤੁਸੀਂ ਇੱਥੇ ਇਹਦੇ ਤੋਂ ਮੁਖਤਲਫ ਇਹ ਵੱਡਾ ਸਾਈਜ਼ ਲਾ ਸਕਦੇ ਹੋ ਨਾ, ਅਗਰ ਉਹਦੀ ਸੁਪਰ ਫੀਚੇ ਮਾਜੋਰ ਅਗਰ ਉਹਦੇ ਤੋਂ ਵੱਡਾ ਤਾਂ ਤੁਸੀਂ ਉਹਨੂੰ ਇੱਥੇ ਲਾ ਸਕਦੇ ਹੋ। ਫਾਲਸੋ, ਕੌਨ ਆਲਤਰੀ ਤੀਪੋ ਤਾਂ ਅਸਾਂ ਲਾਉਣਾ ਹੀ ਨਹੀਂ ਨਾ ਹੈ, ਜਿਹੜੀ ਰਿਕਮੈਂਡਡ ਹੈ ਮਨਜ਼ੂਰ ਸ਼ੁਦਾ ਅਸਾਂ ਉਹ ਸ਼ੀਸ਼ਾ ਲਾਉਣਾ ਹੁੰਦਾ।
Si può circolare con un autoveicolo, si è gaddi te chal sakne in cui mancano, jide ch nahi hai temporaneamente arzi tor te li specchi retrovisori pichle shishe purke is shart de naal a velocità speed non superiore zyada na hai 50 km tu e 3 dino in azione la segnalazione luminosa di pericolo. Andè agar ek gaddi de ae wale shishe nahi lagge ਤੇ ਅਸੀਂ ਉਹਨੂੰ ਚਲਾ ਸਕਨੇ ਆ ਇਸ ਸ਼ਰਤ ਦੇ ਨਾਲ ਕਿ 50 ਕਿਲੋਮੀਟਰ ਤੋਂ ਜ਼ਿਆਦਾ ਸਪੀਡ ਨਾ ਹੋਵੇ ਤੇ ਜਿਹੜੇ ਸਿਨੇਲਿਸੀਓਨ ਲੂਮੀਨੋਜ਼ਾ ਦੀ ਪੈਰੀ ਕਿਲੋ ਜਿਹੜੇ 4 ਇਸ਼ਾਰੇ ਨੇ ਬਲ ਦੇ ਪੁੱਜਦੇ ਨੇ ਖਤਰੇ ਵਾਲੇ ਐਪ ਬਲ ਦੇ ਪੁੱਜਦੇ ਹੋਣ ਤੇ 50 ਕਿਲੋਮੀਟਰ ਤੋਂ ਘੱਟ ਸਪੀਡ ਹੋਏ ਤੇ ਅਸੀਂ ਫਿਰ ਗੱਡੀ ਚਲਾ ਸਕਨੇ ਆ ਫਾਲਸੋ 603 ਪੇਜ ਉਹੀ ਉਸਦੇ ਇਸਤੇਮਾਲ ਦੇ ਲਈ ਸਪੇਕੀ ਰੈਟਰੋਵਿਜ਼ੋਰੀ ਜਿਹੜੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਨੇ ਉਹਨਾਂ ਦਾ ਇਸਤੇਮਾਲ ਸਵਾਲ ਨੰਬਰ 1 ਨਹੀਂ ਚੈਂਤਰੀ ਬਿਤਾਤੀ ਰਹਾਇਸ਼ੀ ਆਬਾਦੀ ਦੇ ਵਿੱਚ ਨੋਨੇ ਨੀਚੇ ਸਾਰੀ ਜ਼ਰੂਰੀ ਨਹੀਂ ਉਤਲੀ ਜਾ ਰਹੇ ਇਸਤੇਮਾਲ ਲਈ ਸਪੇਕੀ ਰੈਟਰੋਵਿਜ਼ੋਰੀ ਪਿੱਛੇ ਵੇਖਣ ਵਾਲੇ ਸ਼ੀਸ਼ੇ ਰਹਾਇਸ਼ੀ ਆਬਾਦੀ ਦੇ ਵਿੱਚ ਜ਼ਰੂਰੀ ਨਹੀਂ ਕਿ ਤੁਸੀਂ ਇਸਤੇਮਾਲ ਕਰੋ ਪਿੱਛੇ ਵੇਖਣ ਵਾਲੇ ਸ਼ੀਸ਼ਿਆਂ ਦਾ ਤੇ ਫਾਲਸੋ ਅਸਾਂ ਇਸਤੇਮਾਲ ਕਰਨਾ ਹੁੰਦਾ ਪਿੱਛੋਂ ਵੇਖਣਾ ਹੁੰਦਾ ਸਵਾਲ ਨੰਬਰ 2 ਸੇ ਦੌਰਾਨ ਤੇ ਉਹਨਾਂ ਮਨੋਵਰਾ ਅਗਰ ਤੁਸੀਂ ਇੱਕ ਅਮਲ ਕਰਦੇ ਹੋ ਪੇ ਦੀ ਇਨਸੇਰੀ ਮੇਨ ਤੋਂ ਦਾਖਲ ਹੁੰਦੇ ਹੋ ਪੇ ਅੰਦਰਾਜ ਕਰ ਰਹੇ ਹੋ ਜਾਂ ਦਾਖਲ ਹੋ ਰਹੇ ਨੇ ਲਾ ਚਿਰਕੁਲਾ ਸਿਓਨ ਚੱਲਣ ਨਾਲ ਚੱਲਣ ਦੇ ਵਿੱਚ ਟ੍ਰੈਫਿਕ ਵਿੱਚ ਕਿ ਇਹ ਤੁਸੀਂ ਸਾਈਡ ਤੇ ਖਲੋਤੇ ਹੋ ਤੇ ਇਹ ਤੁਸੀਂ ਇਹ ਟ੍ਰੈਫਿਕ ਵੀ ਚੱਲਦੀ ਹੈ ਤੇ ਇਹਦੇ ਵਿੱਚ ਤੁਸੀਂ ਦਾਖਲ ਹੋ ਰਹੇ ਹੋ ਇਨਸੇਰੀ ਮੇਨ ਤੋਂ ਕਰਦੇ ਹੋ ਪੇ ਤੁਸੀਂ ਉਤਲੀ ਦਾ ਇਸਤੇਮਾਲ ਕਰੋ ਲੋ ਸਪੇਕੀ ਰੇਤਰੋ ਵਿਜ਼ੋਰੀ ਤੁਸਾਂ ਕੀ ਕਰਨਾ ਹੈ ਕਿ ਇਹ ਸਪੇਕੀ ਦਾ ਇਸਤੇਮਾਲ ਕਰਨਾ ਰੇਤਰੋ ਵਿਜ਼ੋਰੀ ਦਾ ਠੀਕ ਹੋ ਗਿਆ ਇੱਥੋਂ ਤੱਕ ਸਹੀ ਆਉਂਦਾ ਇਹ ਬੇਨ ਹੈ ਇਹ ਅੱਛਾ ਹੈ ਚੰਗਾ ਹੈ ਕਿ ਨੋਨ ਕੰਟਰੋਲ ਆ ਰਹੇ ਕੰਟਰੋਲ ਨਾ ਕਰੋ ਚੈੱਕ ਨਾ ਕਰੋ ਆਂਕੇ ਕੌਣ ਉਨਜ਼ ਗੁਆਰ ਤੋਂ ਵੇਖਣਾ ਦੀ ਰੇਤ ਤੋਂ ਡਾਇਰੈਕਟ ਫਿਰ ਨੋਨ ਦਿਸਤਰਾਰ ਤਾਂ ਕਿ ਤਵੱਜਾ ਨਾ ਹਟੇ ਅਤੇ ਸਿਉਣ ਦੇ ਲੱਗੀ ਦਾ ਗੱਡੀ ਚਲਾਉਣ ਤੋਂ ਅੱਛਾ ਆਉਂਦਾ ਪਿਆ ਕਿ ਜਦੋਂ ਤੁਸੀਂ ਆਪਣਾ ਇਨਸੇਰੀ ਮਿਹਨਤ ਨੇ ਲਾ ਚਿਰਕੁਲਾ ਸਿਉਣ ਹੈ ਇਹ ਚੱਲਣ ਦੇ ਵਿੱਚ ਇਹਦੇ ਵਿੱਚ ਟ੍ਰੈਫਿਕ 'ਚ ਸ਼ਾਮਿਲ ਹੋਣਾ ਹੈ ਤਾਂ ਤੁਸੀਂ ਸਿਰਫ ਇਹ ਸ਼ੀਸ਼ਿਆਂ ਦਾ ਇਸਤੇਮਾਲ ਕਰੋ ਡਾਇਰੈਕਟ ਪਿੱਛੋਂ ਨਾ ਵੇਖੋ ਇਹ ਵੇਖਣ ਦੇ ਨਾਲ ਕੀ ਹੋ ਸਕਦਾ ਕਿ ਤੁਹਾਡੀ ਤਵੱਜਾ ਜਿਹੜੀ ਹੈ ਨਾ ਗੱਡੀ ਚਲਾਉਣ ਤੋਂ ਹਟ ਸਕਦੀ ਹੈ ਫਾਲਸੋ ਤੁਹਾਨੂੰ ਸਿਰਫ ਇਹ ਨਹੀਂ ਕਿ ਇੰਝ ਵੀ ਅਗਰ ਨਹੀਂ ਬਾਜ਼ ਐਸੇ ਵੀ ਹਾਲਾਤ ਹੁੰਦੇ ਨੇ ਤੁਸੀਂ ਅੱਜ ਪਿੱਛੋਂ ਵੀ ਵੇਖ ਸਕਦੇ ਹੋ ਆਂਦਾ ਪਿੱਛੋਂ ਵੀ ਵੇਖਣਾ ਨਹੀਂ ਵੇਖਣਾ ਤੁਸੀਂ ਸਿਰਫ ਸ਼ੀਸ਼ਿਆਂ 'ਚ ਵੇਖੋ ਇਹ ਬੇਨ ਨੋਨ ਕੰਟਰੋਲ ਆ ਰਹੇ ਆਂਕਿ ਕੌਣ ਇਨ ਗੁਆਰ ਦੀ ਰੇਤ ਤੋਂ ਕਿ ਡਾਇਰੈਕਟ ਪਿੱਛੋਂ ਵੇਖਣਾ ਚੰਗਾ ਨਹੀਂ ਹੈ ਸਵਾਲ ਨੰਬਰ 3 ਲਈ ਸਪੇਕੀ ਰੇਤਰੋ ਵਿਜ਼ੋਰੀ ਦੀ ਵਹੀਕਲ ਜਾਂ ਦੂਵੇ ਰੋ ਉੱਤੇ ਬੈਕ ਵੇਖਣ ਵਾਲੇ ਸ਼ੀਸ਼ੇ ਵਹੀਕਲ ਗੱਡੀ ਦੇ ਦੂਵੇ ਰੋ ਉੱਤੇ ਜਿਸ ਦੇ 2 ਟਾਇਰ ਨੇ ਦੋ ਟਾਇਰਾਂ ਵਾਲੀ ਜਿਹੜੀ ਗੱਡੀ ਹੈ ਮੋਟਰਸਾਈਕਲ ਵਗੈਰਾ ਕਹਿ ਲਵੋ ਸੋਨ ਫੀਸੀ ਕਿ ਉਹਦੇ ਇਹ ਜਿਹੜੇ ਸ਼ੀਸ਼ੇ ਲੱਗੇ ਨੇ ਫਿਕਸ ਨੇ ਫੀਸੀ ਕੀ ਨੇ ਫਿਕਸ ਨੇ ਸੈਂਸਾ ਪੋਸੀਬਿਲਿਤਾ ਦੀ ਰੈਗੂਲਾਸੀਓਨ ਹੈ ਜਿਹਦੇ 'ਚ ਮੁਮਕਿਨ ਨਹੀਂ ਹੈ ਉਹਨਾਂ ਨੂੰ ਸੈੱਟ ਕਰਨਾ ਸੈਂਸਾ ਨਹੀਂ ਪੋਸੀਬਿਲਿਤਾ ਮੁਮਕਿਨ ਦੀ ਰੈਗੂਲਾਸੀਓਨ ਹੈ ਸੈੱਟ ਕਰਨਾ ਆ ਕਬਜ਼ਾ ਵਜ੍ਹਾ ਕੀ ਹੈ ਦੇ ਲਈ ਵਿਬਰਾਸੀਓਨ ਹੈ ਇਹਦੀ ਵਾਈਬ੍ਰੇਸ਼ਨ ਹੁੰਦੀ ਹੈ ਇਸ ਤਰ੍ਹਾਂ ਜ਼ਿਆਦਾ ਦਿਲ ਵਹੀਕਲ ਗੱਡੀ ਦੀ ਕਿ 3 ਦਿਨੋਂ ਅਸਪੋਸਤਾਰਲੀ ਦਿਲ ਪੋਜੀਸੀਓਨ ਹੈ ਓਰਿਜਨਲ ਹੈ ਤੋ ਵਾਈਬ੍ਰੇਸ਼ਨ ਦੇ ਨਾਲ ਕੀ ਹੈ ਕਿ ਇਹਨਾਂ ਦੀ ਜਿਹੜੀ ਆ ਪੋਜੀਸ਼ਨ ਹੁੰਦੀ ਹੈ ਨਾ ਸ਼ੀਸ਼ਿਆਂ ਦੀ ਉਹ ਆਪਣੀ ਜਗ੍ਹਾ ਤੋਂ ਹਟ ਜਾਂਦੀ ਹੈ ਸਪੋਸਤਾਰਲੀ ਹਟ ਜਾਂਦੀ ਹੈ ਬਦਲ ਜਾਂਦੀ ਹੈ ਵਾਲੀ ਪੋਜੀਸ਼ਨ ਸ਼ੀਸ਼ਿਆਂ ਦੀ ਅਗਰ ਇੱਥੇ ਨੇ ਤਾਂ ਉੱਤੇ ਥੱਲੇ ਹੋ ਜਾਂਦੇ ਨੇ ਤਾਂ ਇਸ ਲਈ ਦੋ ਟਾਇਰਾਂ ਵਾਲੀ ਜਿਹੜੀ ਗੱਡੀ ਹੈ ਉਹਦੇ ਐ ਫਿਕਸ ਨੇ ਉਹਨਾਂ ਨੂੰ ਤੁਸੀਂ ਹਿਲਾ ਨਹੀਂ ਸਕਦੇ ਅਤੇ ਫਾਲਸੋ ਕਿਉਂਕਿ ਸਾਡੀਆਂ ਮੋਟਰਸਾਈਕਲਾਂ ਦੇ ਜਿਹੜੇ ਸ਼ੀਸ਼ੇ ਲੱਗੇ ਹੁੰਦੇ ਨੇ ਇਹਨਾਂ ਨੂੰ ਅਸਾਂ ਆਪਣੇ ਹਿਸਾਬ ਨਾਲ ਸੈੱਟ ਕਰਨਾ ਹੁੰਦਾ ਆਉਂਦਾ ਹੈ ਫਿਕਸ ਨੇ ਸਵਾਲ ਨੰਬਰ 4 ਲਾ ਰੈਗੂਲਰ ਸੀ ਉਹਨੇ ਸੈੱਟ ਕਰਨ ਦੇ ਲਈ ਸਪੇਕੀ ਰੈਟਰੋਵਿਜ਼ੋਰੀ ਪਿਛਲੇ ਸ਼ੀਸ਼ੇ ਵਾਈਫੇ ਤੁਆਤਾ ਉਹਨਾਂ ਨੂੰ ਕਰਨਾ ਚਾਹੀਦਾ ਹੈ ਦਾ ਮੇ ਦੀਆ 19 ਮਿਲੇ ਕਿਲੋਮੀਟਰੀ ਚਿਰਕਾ ਹਰ 1000 ਕਿਲੋਮੀਟਰ ਗੱਡੀ ਚੱਲਣ ਤੋਂ ਬਾਅਦ ਤੁਸੀਂ ਗੱਡੀ ਦੇ ਸ਼ੀਸ਼ੇ ਜਿਹੜੇ ਨੇ ਇਹ ਪਿੱਛੋਂ ਵੇਖਣ ਵਾਲੇ ਇਹਨਾਂ ਨੂੰ ਤੁਸੀਂ ਸੈੱਟ ਕਰਨਾ ਫਾਲਸੋ 604 ਸਪੇਕੀ ਰੈਟਰੋਵਿਜ਼ੋਰੀ ਚਿੰਤਰਾਲੇ ਦੀ ਅਸੀਂ ਗੱਲ ਕਰਾਂਗੇ ਜਿਹੜਾ ਗੱਡੀ ਦੇ ਸੈਂਟਰ 'ਚ ਸ਼ੀਸ਼ਾ ਲੱਗਾ ਹੁੰਦਾ ਸੈਂਟਰ 'ਚ ਲੱਗਾ ਹੁੰਦਾ ਗੱਡੀ ਦੇ ਵਿੱਚ ਸ਼ੀਸ਼ਾ ਅਤੇ ਇਹਦੀ ਅਸੀਂ ਗੱਲ ਕਰਾਂਗੇ ਦੋ ਬਾਹਰ ਨੇ ਅਤੇ ਜਿਹੜਾ ਸੈਂਟਰ 'ਚ ਸ਼ੀਸ਼ਾ ਲੱਗਾ ਹੁੰਦਾ
Lo specchio retrovisore centrale di un veicolo specchio shisha retrovisore piceve canale centrale centrale e avala di un autoveicolo e guida deve essere sruri e regolato on to set coro in modo sarà da garantire chini una buona visione buona accia visione vecna posteriore piccè kendra che driver e avala jara shisha un istra set kare che tu piccè सही नजर आवे। वीरो हो गया सवाल नंबर दो। लो स्पेकियो शीशा रेट्रोविजोरी पिछों वेखन वाला चेंट्रल है जरा सेंटर वाला दी उन ऑटो व्हीकल एक गड्डी का देवे सिर जरूरी है रेगुलेटर नु सेट करो इन मोड इस तरह का गारंटी रे यकीनी बनाए ला विजियोने वेखना दिल इंटेरो पूरा मुकम्मल लुनोटो पोस्टरियोरे लुनोटो पोस्टरियोरे की चीज़ है जी गड्डी की पिछली बैक स्क्रीन है उन्होंने लुनोटो पोस्टरियोरे आते हैं आंदा है कि शीशा पिछला जरा वेखने वाला शीशा गड्डी का उन्होंने इस तरह सैट करो ताकि विजियोने दिल इंटेरो सही तरह पूरा मुकम्मल नज़र आए लुनोटो पोस्टरियोरे तो जी पिछली गड्डी की स्क्रीन है वो पूरा नज़र आए एस पी की ओ चिंत्राले जरा गड्डी के सेंटर से लगा हों तो लुनोटो पोस्टरियोरे की गल करता आंदा जरा अंदर वाला शीशा ना उन्होंने इस तरह सैट करो कि जी लुनोटो पोस्टरियोरे वे ये सारे चु सही नज़र आए तो यह लुनोटो पोस्टरियोरे जेन च रखना यह बैक स्क्रीन आते हैं पारा ब्रेसा फ्रंट न आते हैं फ्रंट वाली जी स्क्रीन है तो लुनोटो पोस्टरियोरे पिछली स्क्रीन है। अच्छा जी सवाल नंबर साढ़ा आ गया 3। लो स्पेकियो रेट्रोविजोरी पिछे वेखने शीशे चिंत्राले सेंटर वाला दी उन ऑटो व्हीकल एक गड्डी का देवे सिरे जरूरी है पोजिशना तो वो पोजिशन जी सैट करो इन मोदो इस तरह दा रिएंट्रारे नेल कैंपो विजिवो दिल कंडुचेंते आंदा है कि उन्होंने इस तरह सैट करो कि वो निल कांपो विजिवो वो इस हालत में हो दिल कंदू चैनते वो ड्राइवर की पिछों वेखन वाली हालत हो रिएंतरारे हो इस पोजिशन हो कि जो भी ड्राइवर का दिल करे वो पिछों वो वेख सके फर्ज करो कि सैट ये नहीं कि उन्होंने अगर उन्हें पिछों वेखना तो पहला वो शीशे में सैट कर लग पे तो फिर वेखे हूँ ड्राइवर सीधा पाया वेंदा सीधा पाया चला रिएंतरारे की है कि दोबारा तो कोई अमल करना दाखिल होना वो फर्ज करो यकदम अगर पिछों वेखना चाहता है तो शीशा सैट है वो नज़र पवे तो इस शीशे तो वेखे तो बैक साइड तो वेख लवे रिएंतरारे नेल कैंपो विजिवो दिल कंदू चैनते देवे इस सिरे पोजिशना तो उन्होंने सैट करो इन मोदो इस तरह का रिएंतरारे नेल कैंपो विजिवो दिल कंदू चैनते कि वह दोबारा पिछों वेखन की हालत होवे वेरो। सवाल नंबर 4। लो स्पेकियो रेट्रोविजोरे चिंत्राले दी उन वेहीकलो ए है इंजीनियरे आमतौर पर रियालिसार तो बनाया गया होंगे इन मोदो इस तरह का रि दूरे वो घट करता अलमिनीमो ला दिस्त्रुसियोने दे ला दिस्तानसा फर्ज करो कि एक गड्डी तो पिछली गड्डी के दरम्यान जरा फासला ना मिनीमो घट तो घट दिस्त्रुसियोने करता है इस फासले वेहीकल के से गुणो यदा मतलब है दी वेहीकल वो गड्डिया के से गुणो जो फॉलो पियाँ कर दया ने जेरिया तो पिछों ने दी वेहीकल ए गड्डिया ए गड्डी है अगर सामने जाती भी तो यह पिछली गड्डी है तो यह से गुणो भी कर दी है तो फॉलो भी कर दी है तो दरम्यान वाला शीशा की है वो इस तरह का बनाया होंगे ये इंजनेरे आमतौर पर रियाली सात तो इन मोदो इस तरह का रि दूरे अलमीनीमो ला दिस्त्रिसियोने दिला दिस्तानसा दिस्त्रिसियोने दिला दिस्तानसा इन जरा ना वो घट तो घट वहाँ ताकि दी वेहीकल के से गुण जो गड्डिया पिछे ने मकसद ये ताकि कोई हादसा वगैरह ना आए तो क्लीयर नज़र आए लो स्पेक्यू रेत्रोविजोरी चिंत्रालय दिन ऑटो वेहीकल आओ ना पोजिशियोने एक पोजिशन रखता है एक सैटिंग रखता है आंती रिफलेसो होंगी है कि अगर थोड़ी ए गड्डी के शीशा लगे तो यह पिछे गड्डी है इन्हें अगर फुल लाइट बाली है या लाइटा बालिया ने
ਅਤੇ ਇਹਦੇ ਵਿੱਚ ਚਮਕ ਜਿਹੜੀ ਨਾ ਚਮਕ ਪਾ ਕੇ ਡਰਾਈਵਰ ਨੂੰ ਮਸਲਾ ਨਾ ਬਣਾਏ। ਅਤੇ ਉਹ ਆਂਤੀ ਰਿਫਲੇਸੋ ਦੀ ਵੀ ਇੱਕ ਵਿੱਚ ਸੈਟਿੰਗ ਹੁੰਦੀ ਹੈ ਜਿਹਨੂੰ ਤੁਸੀਂ ਇਸਤੇਮਾਲ ਕਰਦੇ ਹੋ, ਉਹਦਾ ਉਤਰੀ ਜ਼ਾਰ ਇਸਤੇਮਾਲ ਨੇਲੇ ਓਰੇ ਨੂੰ ਤੋਰਨੇ ਰਾਤ ਦੇ ਟਾਈਮ ਲੋ ਸਪੇਕਿਓ ਰੇਤਰੋ ਵਿਜ਼ੋਰੇ ਚਿੰਤਰਾਲੇ ਸ਼ੀਸ਼ੇ ਪਿੱਛੋਂ ਵੇਖਣ ਵਾਲੇ ਸੈਂਟਰ ਵਾਲਾ ਦੀ ਉਹਨੂੰ ਵਹੀਕਲੋ ਇੱਕ ਗੱਡੀ ਦਾ ਆ ਰੱਖਦਾ ਉਹਨਾਂ ਪੋਜੀਸੀਓਨੇ ਇੱਕ ਪੋਜੀਸ਼ਨ ਇੱਕ ਸੈਟਿੰਗ ਆਂਤਰੀ ਫਲੇਸੋ ਉਹ ਵਾਲੀ ਜਿਹਦੇ ਵਿੱਚ ਤੁਹਾਡੀਆਂ ਅੱਖਾਂ ਦੇ ਵਿੱਚ ਲੈਟ ਨਹੀਂ ਪੈਂਦੀ ਦਾ ਉਤਲੀ ਜ਼ਾਰ ਹੈ ਤੁਸੀਂ ਇਸਤੇਮਾਲ ਕਰਦੇ ਹੋ ਨੇਲੇ ਓਰੇ ਨਤੋਰੇ ਨਤੋਰਨੇ ਰਾਤ ਦੇ ਟਾਈਮ। ਹੁਣ ਉਹ ਸੈਟਿੰਗ ਕਿੱਥੇ ਹੁੰਦੀ ਹੈ? ਇਹ ਜਿਹੜਾ ਸ਼ੀਸ਼ਾ ਲੱਗਿਆ ਨਾ, ਅਤੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਪਤਾ ਹੋਣਾ ਕਿ ਇੱਥੇ ਇਹ ਬਟਨ ਲੱਗਾ ਹੁੰਦਾ ਇਹ ਵਾਲਾ, ਇਹਨੂੰ ਤੁਸੀਂ ਦਬਾਹਰ ਦੇ ਰਾਤ ਦੇ ਟਾਈਮ ਨੂੰ, ਅਗਰ ਤੁਹਾਡੀਆਂ ਅੱਖਾਂ 'ਚ ਚਮਕ ਪੈ ਰਹੀ ਹੈ ਤਾਂ ਇੱਥੇ ਬਟਨ ਲੱਗਾ ਹੁੰਦਾ ਇਹਨੂੰ ਤੁਸੀਂ ਦਬਾਉਂਦੇ ਹੋ, ਅਤੇ ਇਹਦੀ ਜਗ੍ਹਾ ਇੱਕ ਹੋਰ ਸ਼ੀਸ਼ਾ ਲੱਗ ਜਾਂਦਾ ਨਾ ਵਿੱਚ ਆ ਜਾਂਦਾ, ਉਹ ਫਿਰ ਪਿੱਛੇ ਜਿਹੜੀ ਤੁਹਾਡੀ ਗੱਡੀ ਆ ਰਹੀ ਹੈ ਉਹਦੀ ਫਿਰ ਚਮਕ ਤੁਹਾਨੂੰ ਨਹੀਂ ਪੈਂਦੀ। ਅਤੇ ਉਹ ਪਿਆ ਆਉਂਦਾ ਕਿ ਸਪੇਕਿਓ ਰੇਤਰੋ ਵਿਜ਼ੋਰੇ ਚਿੰਤਰਾਲੇ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਆ ਰੱਖਦਾ ਉਹਨਾਂ ਪੋਜੀਸੀਓਨੇ ਇੱਕ ਪੋਜੀਸ਼ਨ ਆਂਤੀ ਰਿਫਲੈਸੋ, ਇੱਥੇ ਉਹ ਬਟਨ ਲੱਗਾ ਹੁੰਦਾ ਇਹਦੇ ਵਿੱਚ ਦੋ ਸ਼ੀਸ਼ੇ ਨੇ, ਉਹ ਇੱਕ ਪੋਜੀਸ਼ਨ ਰੱਖਦਾ ਕਿ ਜਿਹਦੇ ਨਾਲ ਆਂਤੀ ਰਿਫਲੈਸੋ ਤੁਸੀਂ ਉਹ ਪੋਜੀਸ਼ਨ ਆਨ ਕਰ ਲੈਂਦੇ ਹੋ ਰਾਤ ਦੇ ਟਾਈਮ ਨੂੰ, ਉਤਲੀ ਜ਼ਾਰੇ ਇਸਤੇਮਾਲ ਕਰਦੇ ਹੋ ਤਾਂ ਕਿ ਤੁਹਾਨੂੰ ਪਿੱਛੇ ਚਮਕ ਨਾ ਪਵੇ। ਅੱਛਾ ਜੀ, ਸਵਾਲ ਨੰਬਰ 6। ਲਾ ਪੋਜੀਸੀਓਨ ਹੈ ਪੋਜੀਸ਼ਨ ਆਂਤੀ ਰਿਫਲੇਸੋ ਜਿਹੜੀ ਪਿੱਛੋਂ ਚਮਕ ਨਾ ਪਵੇ ਤੁਹਾਡੀਆਂ ਅੱਖਾਂ ਨੂੰ, ਦੇ ਲਓ ਸਪੇਕਿਓ ਸ਼ੀਸ਼ੇ ਦੀ ਰੇਤਰਵਿਜ਼ੋਰੀ ਪਿੱਛੋਂ ਵੇਖਣ ਵਾਲਾ ਚਿੰਤਰਾਲੇ ਸੈਂਟਰ ਵਾਲਾ ਦੀ ਉਨ ਆਉ ਤੋਂ ਵੇਈ ਕਰੋ ਇੱਕ ਗੱਡੀ ਦਾ ਸੈਰ ਵੀ ਇਸਤੇਮਾਲ ਹੁੰਦਾ ਰੀ ਦੂਰੇ ਘੱਟ ਕਰਨਾ ਇਲ ਫਾਸਤੀਦੀਓ ਤਕਲੀਫ ਵਾਲੀ ਔਕੀ ਅੱਖਾਂ ਦੀ ਕਾਉਜ਼ਾਤ ਤੋਂ ਵਜ੍ਹਾ ਹੁੰਦੀ ਹੈ ਦਈ ਪਰੋਈ ਤੋਰੀ ਲੈਟਾਂ ਅਚੇਜ਼ੀ ਆਨ ਦੇਈ ਵੇਈ ਕੋਲੀ ਉਸ ਗੱਡੀ ਦੀਆਂ ਕੇ ਸੇਗਵੋਨੋ ਜਿਹੜੀ ਤੁਹਾਡੇ ਪਿੱਛੇ ਵੇ ਜਿਹੜੀ ਤੁਹਾਨੂੰ ਫਾਲੋ ਕਰਦੀ ਹੈ ਪਈ। ਆਉਂਦਾ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਇੱਕ ਗੱਡੀ ਦਾ ਉਹਦੀ ਆਨ ਪੋਜੀਸ਼ਨ ਆਂਤੀ ਰਿਫਲੇਸੋ ਇਸਤੇਮਾਲ ਹੁੰਦੀ ਹੈ ਸੈਰ ਵੀ ਇਸਤੇਮਾਲ ਹੁੰਦੀ ਹੈ ਘੱਟ ਕਰਨ ਲਈ ਫਸਟ ਉਹਦੀ ਵਾਲੀ ਔਕੀ ਅੱਖਾਂ ਦੀ ਤਕਲੀਫ ਜਿਹੜੀ ਵਜ੍ਹਾ ਹੁੰਦੀ ਹੈ ਜਿਹੜੀ ਗੱਡੀ ਤੁਹਾਡੇ ਪਿੱਛੇ ਵੇ ਜਿਹੜੀ ਤੁਹਾਨੂੰ ਸੇਗੋਨ ਵੀ ਕਰਦੀ ਹੈ ਉਹਨੇ ਅਗਰ ਅਚੇਜ਼ੀ ਆਨ ਕਰਤੀਆਂ ਨੇ ਦੀ ਪਰੋਈਏ ਤੋਰੀ ਲਾਈਟਾਂ ਵੇਰੋ ਹੋ ਗਿਆ। ਸਵਾਲ ਨੰਬਰ 7 ਹੈ ਫਾਲਸ ਵੇਲਾ ਪੋਜੀਸੀਓਨ ਹੈ ਆਂਤੀ ਰਿਫਲੈਸੋ ਜਿਹੜੀ ਪੋਜੀਸ਼ਨ ਹੈ ਜਿਹਦੇ 'ਚੋਂ ਤੁਹਾਡੀਆਂ ਅੱਖਾਂ 'ਚ ਚਮਕ ਨਹੀਂ ਪੈਂਦੀ ਦਿਲ ਸਪੇਕਿਊ ਰੇਤਰੇ ਵਿਜ਼ੋਰੀ ਚਿੰਤਰਾਲ ਹੈ ਸੈਂਟਰ ਵਾਲੇ ਸ਼ੀਸ਼ੇ ਦੀ ਉਹਨੂੰ ਆਉ ਤੋਂ ਵੇਈ ਕਰੋ ਇੱਕ ਗੱਡੀ ਦੀ ਨੋਨ ਦੇਵੇ ਵੈਸੇ ਰੇ ਉਤਲੀ ਜ਼ਾਤ ਆ ਉਹਦਾ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਦੀ ਨੋਤੇ ਰਾਤ ਨੂੰ ਆਉਂਦਾ ਉਹਦਾ ਤੁਸੀਂ ਰਾਤ ਨੂੰ ਇਸਤੇਮਾਲ ਨਹੀਂ ਕਰ ਸਕਦੇ। ਕਿੱਡਾ ਬੇਵਕੂਫ ਹੈ ਜਾਂ ਬੇਵਕੂਫ ਸਾਨੂੰ ਪਿਆ ਸਮਝਦਾ ਕਿ ਆਂਤਰੀ ਫਲੈਸੋ ਇੱਕ ਗੱਡੀ ਦੇ ਵਿੱਚ ਉਹਨਾਂ ਲਾਏ ਹੈ ਉਹਦਾ ਮਕਸਦ ਹੀ ਰਾਤ ਨੂੰ ਇਸਤੇਮਾਲ ਕਰਨਾ ਹੈ, ਆਉਂਦਾ ਜੀ ਉਹ ਜ਼ਰੂਰੀ ਤੁਸੀਂ ਉਹਨੂੰ ਰਾਤ ਨੂੰ ਇਸਤੇਮਾਲ ਨਹੀਂ ਕਰ ਸਕਦੇ, ਅਸੀਂ ਬੇਵਕੂਫ ਹਾਂ ਅਸਾਂ ਇਹਦਾ ਰਾਤ ਨੂੰ ਤਾਂ ਇਸਤੇਮਾਲ ਕਰਨਾ ਜਦੋਂ ਪਿਛਲੀ ਗੱਡੀ ਨੇ ਲਾਈਟਾਂ ਬਾਲਣੀਆਂ ਨੇ ਸਾਡੀ ਅੱਖ 'ਚ ਲਾਈਟ ਪੈਣੀ ਹੈ ਅਤੇ ਅਸਾਂ ਆਂਤਰੀ ਫਲੈਸੋ ਕਰ ਲੈਣਾ, ਠੀਕ ਹੋ ਗਿਆ। ਸਵਾਲ ਨੰਬਰ 8। ਲੋ ਪੋਜੀਸੀਓਨ ਹੈ ਆਂਤੀ ਰਿਫਲੇਸੋ ਜਿਹੜੀ ਪੋਜੀਸ਼ਨ ਹੈ ਜਿਹੜੀਆਂ ਸਾਡੀਆਂ ਅੱਖਾਂ 'ਚ ਲਾਈਟ ਨਾ ਪਵੇ ਦਿਲ ਸਪੇਕਿਊ ਰੇਤਰੇ ਵਿਜ਼ੋਰੀ ਚਿੰਤਰਾਲੇ ਸੈਂਟਰ ਵਾਲੇ ਸ਼ੀਸ਼ੇ ਦੀ ਉਹਨਾਂ ਤੋਂ ਵੇਹੀਕਲੀ ਇੱਕ ਗੱਡੀ ਦੇ ਨੋਨ ਪੋ ਐਸੇ ਉਤਲੀ ਜ਼ਾਤ ਉਹਦੇ ਇਸਤੇਮਾਲ ਨਹੀਂ ਕਰ ਸਕਦੇ ਕੁਆਨ ਦੋ ਜਦੋਂ ਸੀ ਚੀਰਕੁਲਾ ਸੋ ਆਉਟੋ ਸਤਰਾਦਾ ਜਦੋਂ ਅਸੀਂ ਆਉਟੋ ਸਰਾਦੇ ਦੇ ਵਿੱਚ ਚੱਲ ਰਹੇ ਹਾਂ ਤਾਂ ਅਸੀਂ ਉਹਦਾ ਇਸਤੇਮਾਲ ਨਹੀਂ ਕਰ ਸਕਦੇ ਕਿਉਂ ਜੀ ਉਹ ਸਾਨੂੰ ਵੱਢਦੀ ਹੈ ਉਹ ਵਾਲੀ ਪੋਜੀਸ਼ਨ ਅਸੀਂ ਇਸਤੇਮਾਲ ਕਰ ਸਕਦੇ ਹਾਂ ਸਾਡੀ ਫਾਇਦੇ ਲਈ ਬਣਾਈ ਗਈ ਹੈ ਸੇਫਟੀ ਲਈ ਅਤੇ ਇਹਦਾ ਇਸਤੇਮਾਲ ਤੁਸੀਂ ਹਰ ਉਸ ਜਗ੍ਹਾ 'ਤੇ ਕਰ ਸਕਦੇ ਹੋ ਜਿੱਥੇ ਤੁਹਾਨੂੰ ਪਰੇਸ਼ਾਨੀ ਵੀ ਬਣਦੀ ਹੈ ਉਸ ਸ਼ੀਸ਼ੇ ਦੇ ਪਿੱਛੇ ਚਮਕ ਪੈ ਰਹੀ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ, ਕਹਿੰਦੇ ਤੁਸੀਂ ਆਊਟ ਸਾਦੇ 'ਤੇ ਇਹਦਾ ਇਸਤੇਮਾਲ ਨਹੀਂ ਕਰਨਾ। ਫਾਲਸੋ ਲਾ ਇਲੂਮੀਨਾਸੀਓਨੇ ਇੰਤੇਰਨਾ ਅੰਦਰ ਵਾਲੀ ਲਾਈਟ ਦੇ ਲੋ ਸਪੇਕਿਓ ਰੇਤਰੋਵਿਜ਼ੋਰੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਦੀ ਸੀ ਅਚਿਨ ਦੇ ਆਨ ਹੋ ਜਾਂਦੀ ਹੈ ਕੁੰਨ ਸਾਥ ਅਚਿਨ ਸਿਓਨੇ ਅਗਰ ਤੁਸੀਂ ਆਨ ਕਰਦੇ ਹੋ ਦਿਲੇ ਲੂਚੀ ਦੀ ਪੋਜੀਸੀਓਨ ਹੈ ਜਿਹੜੀਆਂ ਪੋਜੀਸ਼ਨ ਲਾਈਟ ਨੇ ਦਿਲ ਵੇਈ ਕਰੋ ਗੱਡੀ ਦੀਆਂ ਪੋਜੀਸ਼ਨ ਲਾਈਟ ਪਾਰਕਿੰਗ ਲਾਈਟ ਕਹਿੰਦਾ ਅਗਰ ਤੁਸੀਂ ਗੱਡੀ ਦੀਆਂ ਇਹ ਪੋਜੀਸ਼ਨ ਲਾਈਟ ਲੂਚੀ ਦੀ ਪੋਜੀਸੀਓਨ ਹੈ ਆਨ ਕਰਦੇ ਹੋ ਤਾਂ ਜਿਹੜੀ ਸ਼ੀਸ਼ੇ ਦੇ ਨਾਲ ਜਿਹੜੀ ਅੰਦਰ ਲਾਈਟ ਹੁੰਦੀ ਹੈ ਨਾ ਉਹ ਵੀ ਆਨ ਹੋ ਜਾਂਦੀ ਹੈ। ਫਾਲਸੋ ਲੋ ਸਪੇਕਿਓ ਰੇਤਰੋ ਵਿਜ਼ੋਰੀ ਚਿੰਤਰਾਲੇ ਦੀ ਉਹਨਾਂ ਤੋਂ ਵੇਈ ਕੋਲੋ ਪੋ ਐਸੇ ਰਿਮੋਜ਼ੋ
ਸੈਂਟਰ ਵਾਲੇ ਸ਼ੀਸ਼ੇ ਨੂੰ ਤੁਸੀਂ ਖਤਮ ਕਰ ਸਕਦੇ ਹੋ, ਰਿਮੂਵ ਕਰ ਸਕਦੇ ਹੋ। ਸੇ ਅਗਰ ਇਲਵਈ ਕੋਲੋਂ ਗੱਡੀ ਏ ਹੈ ਤਾਂ ਤਦ ਤੋਂ ਰੱਖਦੀ ਸਪੇਕੀਓ ਸ਼ੀਸ਼ੇ ਲਾਤੇਰਾਲੇ ਸਾਈਡਾਂ ਵਾਲਾ ਸਿਨਿਸਤਰਾ ਖੱਬਾ। ਅਗਰ ਇੱਕ ਗੱਡੀ ਨੇ ਇਹ ਖੱਬੇ ਪਾਸੇ ਵਾਲਾ ਸ਼ੀਸ਼ਾ ਰੱਖ ਦਈਏ ਉਹਨੂੰ ਲੱਗਾ, ਤਾਂ ਸੈਂਟਰ ਵਾਲਾ ਸ਼ੀਸ਼ਾ ਲਾ ਸਕਦਾ, ਫਾਲਸ ਹੋ ਗਿਆ। ਛੇ ਸੌ ਪੰਜ ਪੇਜ ਸਵਾਲ ਨੰਬਰ 1। ਲੀਆਊਟ ਆਫ ਵਹੀਕਲ ਗੱਡੀ ਤੋਂ ਤਾਤੀ ਜਿਹੜਾ ਰੱਖ ਦਈਏ ਦੀ ਪੋਜਾ ਤੇਜ਼ਤਾ, ਜਿਹੜਾ ਸੀਟ ਦੇ ਉੱਤੇ ਆਪਣਾ ਪੋਜਾ ਤੇਜ਼ਤਾ ਲੱਗਾ ਹੁੰਦਾ, ਮੈਂ ਤੁਹਾਨੂੰ ਦੱਸਣਾ ਇਹ ਵੇ ਪੋਜਾ ਤੇਜ਼ਤਾ, ਇਹਦੀ ਮੈਂ ਗੱਲ ਕਰਦਾ। ਇਹ ਪੋਜਾ ਤੇਜ਼ਤਾ ਨਾ, ਇਹ ਵਾਲਾ ਅਤੇ ਹੁਣ ਆਉਂਦਾ ਕੀ ਹੈ ਪਿਆ। ਲੀਆਊਟ ਆਫ ਵਹੀਕਲ ਗੱਡੀ ਤੋਂ ਤਾਤੀ ਰੱਖ ਦਈਏ ਦੀ ਪੋਜਾ ਤੇਜ਼ਤਾ ਪੋਸਟਰੀਓਰੇ, ਸੀਟਾਂ ਜਿਹੜੀਆਂ ਪਿੱਛੇ ਵਾਲੀਆਂ ਨੇ ਪਿੱਛੇ ਪੋਜਾ ਤੇਜ਼ਤਾ ਰੱਖ ਦਈਏ। ਨੋਨ ਸੋਨੋ ਮੁਨੀਤੀ ਉਹਦੇ 'ਚ ਨਹੀਂ ਮੌਜੂਦ ਹੁੰਦਾ। ਦਿਸਪੇਕੀਓ ਸ਼ੀਸ਼ੇ ਰੇਤਰੋਵਿਜ਼ੋਰੇ, ਪਿੱਛੇ ਵੇਖਣ ਵਾਲਾ ਜਿਹੜਾ ਸ਼ੀਸ਼ਾ ਹੁੰਦਾ ਚਿੰਤਰਾਲੇ ਸੈਂਟਰ 'ਚ ਲੱਗਾ ਹੁੰਦਾ, ਪਰ ਕੇ ਇਨਉਤਲੀਜ਼ਾਬਿਲ, ਕਿਉਂਕਿ ਉਹ ਨਾਕਾਬਲੇ ਇਸਤੇਮਾਲ ਹੋ ਜਾਂਦਾ, ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਕਹਿੰਦਾ ਕਿ ਇੱਕ ਗੱਡੀ ਜਿਹੜੀ ਹੈ ਬੈਕ ਸਾਈਡ 'ਤੇ ਇਹ ਨੇ ਪੋਜਾ ਤੇਜ਼ਤਾ, ਅਗਰ ਉੱਥੇ ਆ ਪੋਜੇ ਤੇਜ਼ 'ਤੇ ਲੱਗੇ ਨੇ ਅਤੇ ਗੱਡੀ ਦਾ ਵਿੱਚ ਜਿਹੜਾ ਸੈਂਟਰ ਦਾ ਸ਼ੀਸ਼ਾ ਹੈ ਇਹ ਨਹੀਂ ਲੱਗਾ ਹੁੰਦਾ, ਕਿਉਂਕਿ ਫਿਰ ਇਹਦਾ ਇਸਤੇਮਾਲ ਨਹੀਂ ਹੁੰਦਾ, ਫਾਲਸ ਹੋ ਗਿਆ। ਸਵਾਲ ਨੰਬਰ 2। ਲੋ ਸਪੇਕੀਓ ਰੈਟ੍ਰੋਵਿਜ਼ੋਰੇ ਚਿੰਤਰਾਲੇ, ਸੈਂਟਰ ਵਾਲਾ ਜਿਹੜਾ ਸ਼ੀਸ਼ਾ ਪਿੱਛੋਂ ਵੇਖਣ ਵਾਸਤੇ ਪੋ ਐਸ ਇਸੇ ਉਤਲੀਜ਼ਾਤ ਤੋਂ ਉਹਨਾਂ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ। ਕੋਮੇ ਸਕੇਰਮੋ ਇੱਕ ਸਕਰੀਨ ਦੇ ਤੌਰ 'ਤੇ, ਪੇਰ ਇਲ ਨਾਵੀਗਾ ਤੌਰ ਸਾਤੇ ਵਾਲੀ ਤਾਰੇ, ਜਿਹੜੀ ਅਸੀਂ ਨੇਵੀਗੇਸ਼ਨ ਗੂਗਲ ਮੈਪਸ ਦੇ ਇਸਤੇਮਾਲ ਮੈਪ ਦਾ ਇਸਤੇਮਾਲ ਕਰਦੇ ਹਾਂ ਨਾ, ਕਹਿੰਦਾ ਕਿ ਅਗਰ ਉਹਦਾ ਇਸਤੇਮਾਲ ਕਰਨ ਵਾਸਤੇ ਅਸੀਂ ਜਿਹੜਾ ਸੈਂਟਰ ਵਾਲਾ ਸ਼ੀਸ਼ਾ ਹੈ ਉਹਨੂੰ ਐਜ਼ ਆ ਸਕਰੀਨ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਾਂ, ਫਾਲਸ ਹੋ ਗਿਆ ਸਵਾਲ। 606 ਪੇਜ ਚੈਪਟਰ ਨੰਬਰ 13 ਦਾ ਆਖਰੀ ਪੇਜ ਹੈ, ਅੱਗੋਂ ਚੈਪਟਰ ਨੰਬਰ 14 ਸ਼ੁਰੂ ਹੋ ਜਾਂਦਾ, ਅਤੇ ਇਹਦਾ ਦੋ ਤਿੰਨ ਸਵਾਲ ਜਿਹੜੇ ਨੇ ਇੰਤਹਾਈ ਤਵੱਜਾ ਦੇ ਨਾਲ ਸੁਣ ਲਵੋ, ਬਹੁਤ ਜ਼ਿਆਦਾ ਕਨਫਿਊਜ਼ਨ ਪੈਦਾ ਹੁੰਦੀ ਇਹਨਾਂ ਸਵਾਲਾਂ ਦੇ ਵਿੱਚ, ਅਤੇ ਅਗਰ ਤੁਸੀਂ ਇਹਨਾਂ ਨੂੰ ਤਵੱਜਾ ਨਾਲ ਸੁਣ ਲਵੋਗੇ ਤੁਹਾਡੀ ਕਨਫਿਊਜ਼ਨ ਦੂਰ ਹੋ ਜਾਏਗੀ। ਫਿਰ ਮੈਂ ਆਖਾਂਗਾ ਪੂਰੀ ਤਵੱਜਾ ਤੁਹਾਡੀ, ਅਗਰ ਤਵੱਜਾ ਕਿਸੇ ਹੋਰ ਪਾਸੇ ਵੇ ਤਾਂ ਵੀਡੀਓ ਵੱਲ ਤੁਹਾਡਾ ਧਿਆਨ ਹੈ, ਤਾਂ ਸਾਰੀ ਆਪਣੀ ਜਿੰਨੀ ਵੀ ਤਵੱਜਾ ਇਹਦੀ ਵੀਡੀਓ 'ਚ ਕਰ ਲਵੋ, ਫਿਰ ਤੁਹਾਡੇ ਵਾਸਤੇ ਆਸਾਨੀ ਹੋ ਜਾਏਗੀ। ਬਹੁਤ ਸੌਖੇ ਨੇ, ਬਸ ਇਹ ਵੇ ਕਿ ਥੋੜ੍ਹੀ ਤਵੱਜਾ ਦੀ ਜ਼ਰੂਰਤ ਹੈ। ਇਹਦਾ ਸਵਾਲ ਨੰਬਰ 1 ਕੀ ਹੈ। ਕਲੋ ਸਪੇਕੀਓ ਰੇਤਰੋਵਿਜ਼ੋਰੇ, ਜਿਹੜੇ ਸ਼ੀਸ਼ੇ ਨੇ ਪਿੱਛੋਂ ਵੇਖਣ ਵਾਲੇ ਲਾਤੇਰਾਲੇ ਸਾਈਡ ਵਾਲੇ ਸਿਨੇਸਤਰੋ ਖੱਬੇ ਪਾਸੇ ਵਾਲੇ ਲੈਫਟ ਸਾਈਡ ਦਾ, ਦੇਵੇ ਐਸੇ ਜ਼ਰੂਰੀ ਹੈ ਰੈਗੂਲਾਤੋ ਨੂੰ ਸੈੱਟ ਕਰੋ ਇਨ ਮੋਦੋ ਇਸ ਤਰ੍ਹਾਂ ਦਸ ਕੋਰ ਜੇਰੇ ਤੁਸੀਂ ਵੇਖ ਸਕੋ ਨਿਲ ਸੂਵੋ 300 ਦੀ ਦੇਸਤਰਾ। ਉਹਦਾ ਤੀਸਰਾ ਹਿੱਸਾ ਸੱਜੇ ਪਾਸਿਓਂ ਕੋਦਾ ਆਉਂਦੇ ਨੇ, ਵੈਸੇ ਟ੍ਰੈਫਿਕ ਦੇ ਵਿੱਚ ਰਸ਼ ਨੂੰ ਵੀ ਆਉਂਦੇ ਨੇ, ਜਦੋਂ ਤੁਸੀਂ ਰਸ਼ 'ਚ ਫਸੇ ਹੁੰਦੇ ਹੋ ਤਾਂ ਆਉਂਦੇ ਨੇ ਕੋਦੇ 'ਚ ਫਸੇ ਹੋ, ਅਤੇ ਉਂਝ ਕੋਦਾ ਆਉਂਦੇ ਨੇ ਪਿਛਲੇ ਹਿੱਸੇ ਨੂੰ ਪੁਸ਼ਲ ਨੂੰ ਬੈਕ ਸਾਈਡ ਨੂੰ, ਅਤੇ ਆਉਂਦਾ ਕੋਦਾ ਦੇ ਲਵਈ ਕਰੋ ਤੁਸੀਂ ਗੱਡੀ ਦੀ ਬੈਕ ਸਾਈਡ ਵੇਖ ਸਕੋ। ਇਹ ਹੁਣ ਤੁਹਾਨੂੰ ਸਮਝਾਉਣਾ ਪੈਣਾ ਸਵਾਲ, ਇਹਦੇ ਵਿੱਚ ਤੁਹਾਨੂੰ ਸਮਝਾਉਂਦੇ ਹਾਂ ਕਿ ਐਸ ਜੀ ਆਪਣਾ ਕੀ ਪਿਆ ਗੱਲ ਕਰਦਾ ਇਹ ਜ਼ਰਾ ਤਵੱਜਾ ਦੇ ਨਾਲ। ਲੋ ਸਪੇਕੀਓ ਰੈਟ੍ਰੋਵਿਜ਼ੋਰੇ, ਪਿੱਛੇ ਵੇਖਣ ਵਾਲਾ ਸ਼ੀਸ਼ਾ ਇਹ ਜਿਹੜਾ ਲਾਤੇਰਾਲੇ ਸਿਨਿਸਤਰੋ ਖੱਬੇ ਪਾਸੇ ਦਾ ਇਹ ਜਿਹੜਾ ਦੇਵੇ ਐਸੇ ਜ਼ਰੂਰੀ ਹੈ ਰੈਗੂਲਾਤੋ ਇਹਨੂੰ ਸੈੱਟ ਕਰੋ ਇਨ ਮੋਦੋ ਇਸ ਤਰ੍ਹਾਂ ਦਾ ਸਕੋਰ ਜਿਹੜੇ ਵੇਖ ਸਕੋ ਨਿਲ ਸੁਵੋ 300 ਦਾ ਦੇਸਤਰਾ। ਸ਼ੀਸ਼ੇ ਦਾ 300 ਤੀਸਰਾ ਹਿੱਸਾ ਸੱਜੇ ਪਾਸਿਓਂ, ਇਹ ਇਹਦੀ ਰਾਈਟ ਸਾਈਡ ਹੈ ਸ਼ੀਸ਼ੇ ਦੀ, ਇਹ ਦੀ ਲੈਫਟ ਸਾਈਡ ਹੈ। ਜੇ ਸਮਝ ਨਹੀਂ ਆ ਰਹੀ ਤਾਂ ਨਾਲ ਇਸ ਤਰ੍ਹਾਂ ਵੀ ਅਸੀਂ ਆਪਣੀ ਗੱਡੀ ਵੀ ਬਣਾ ਲੈਂਦੇ ਹਾਂ ਕਿ ਇਹ ਸਾਡੀ ਗੱਡੀ ਹੈ, ਇਹ ਉਹਦੇ ਸ਼ੀਸ਼ੇ ਲੱਗੇ ਨੇ, ਅਤੇ ਆਂਦਾ ਕੀ ਹੈ ਪਿਆ ਕਿ ਲਾਤੇਰਾਲੀ ਸਿਨਿਸਤਰਾ ਇਹ ਤੁਹਾਡੀ ਖੱਬੀ ਸਾਈਡ ਹੈ, ਇਹ ਹੀ ਤੁਹਾਡਾ ਖੱਬਾ ਸ਼ੀਸ਼ਾ ਹੈ ਇਹ ਵਾਲਾ। ਅੱਛਾ ਜੀ, ਲਾਤੇਰਾਲੀ ਸਿਨਿਸਤਰਾ ਦੇ ਵਿੱਚ ਕੀ ਚੀਜ਼ ਹੈ। ਦੇਵੇ ਐਸੇ ਰੈਗੂਲਾਤੋ ਉਹਨੂੰ ਇਸ ਤਰ੍ਹਾਂ ਸੈੱਟ ਕਰੋ ਦਾ ਸਕੋਰ ਜਿਹੜੇ ਤੁਸੀਂ ਵੇਖ ਸਕੋ ਨਿਲ ਸੁਵੋ 300 ਦਾ ਦੇਸਤਰਾ। ਇਹ 300 ਦਾ ਦੇਸਤਰਾ ਤੀਸਰਾ ਹਿੱਸਾ ਹੈ ਕਿ ਆਪਣੇ ਸ਼ੀਸ਼ੇ 'ਚੋਂ, ਇਹ ਤੀਸਰਾ ਹਿੱਸਾ ਜਿਹੜਾ ਨਾ
ਇਹਦੇ 'ਚ ਤੁਹਾਨੂੰ ਨਜ਼ਰ ਆਏਗਾ ਕੋਦਾ ਦੇ ਲਵੇਈਕਲੋ, ਇਹ ਗੱਡੀ ਦੀ ਬੈਕ ਸਾਈਡ ਪਿਛਲਾ ਹਿੱਸਾ, ਇਹ ਸਾਰੀ ਚੀਜ਼ ਜਿਹੜੀ ਹੈ ਨਾ ਤੁਹਾਨੂੰ ਨਜ਼ਰ ਆਏ ਕਿ ਇਹ ਜਿਹੜਾ ਤੀਸਰਾ ਹਿੱਸਾ ਨਾ, ਇੰਨਾ ਇੰਨਾ ਸ਼ੀਸ਼ਾ, ਇਹਦੇ 'ਚ ਤੁਹਾਨੂੰ ਗੱਡੀ ਦੀ ਇਹ ਚੀਜ਼ ਕੋਦਾ ਦੇ ਲਵੇਈਕਲੋ ਗੱਡੀ ਦੀ ਬੈਕ ਸਾਈਡ ਅਤੇ ਇਹ ਸਾਰੀ ਚੀਜ਼ ਨਜ਼ਰ ਆਵੇ। ਵੇਰੋ ਹੋ ਗਿਆ ਸਵਾਲ ਨੂੰ, ਫੁੱਲ ਜ਼ਿਹਨ 'ਚ ਪਾ ਲਓ ਕਿ ਲਾਤੇਰਾਲੇ ਸਿਨਿਸਟਰੋ ਖੱਬੀ ਸਾਈਡ ਦੇਵੇ, ਐਸੇ ਜ਼ਰੂਰੀ ਰੈਗੂਲਾਤੋ ਸੈੱਟ ਕਰੋ ਇਨ ਮੋਦੋ। ਇਸ ਤਰ੍ਹਾਂ ਦਾ ਸਕੋਰ ਜਿਹੜੇ ਤੁਸੀਂ ਵੇਖੋ, ਨਿਲ ਸੂਵੋ 1300 ਦਾ ਦੇਸਤਰਾ ਸ਼ੀਸ਼ੇ ਦੇ ਤੀਸਰੇ ਹਿੱਸੇ 'ਚੋਂ, ਇੰਨੇ ਵਾਲੇ ਹਿੱਸੇ 'ਚੋਂ ਲਾ ਕੋਦਾ ਦੇ ਲਵੇਈ ਕੋਲੋ ਗੱਡੀ ਦਾ ਕੋਦਾ, ਗੱਡੀ ਦੀ ਪੋਸ਼ਲ, ਗੱਡੀ ਦੀ ਬੈਕ ਸਾਈਡ ਵੇਖ ਸਕੋ। ਅਤੇ ਦੇਸਤਰਾ ਨਿਲ ਸੂਵੋ 1300 ਦਾ ਦੇਸਤਰਾ ਸ਼ੀਸ਼ੇ ਦਾ ਇਹ ਵਾਲੀ ਸਾਈਡ ਹੈ ਜਿਹੜਾ 1300 ਇਹ ਹਿੱਸਾ, ਇਹ ਦੇਸਤਰਾ ਬੰਦ ਹੈ ਅਤੇ ਇਹ ਸਨਿਸਤਰਾ ਬੰਦ ਹੈ। ਇੰਨਾ ਇੰਨਾ ਜਿਹੜਾ ਹਿੱਸਾ ਹੈ, ਇਹ ਵੇਖੋ ਨਾ ਤੁਹਾਡੀ ਇਹ ਲੈਫਟ ਸਾਈਡ ਹੈ, ਲੇਕਿਨ ਸ਼ੀਸ਼ੇ ਦੀ ਇਹ ਦੇਸਤਰਾ ਰਾਈਟ ਸਾਈਡ ਹੈ, ਅਤੇ ਉਹਦੇ ਤੁਸਾਂ 1300 ਦਾ ਦੇਸਤਰਾ ਸੱਜੇ ਪਾਸਿਓਂ ਤੀਸਰੇ ਹਿੱਸੇ 'ਚ ਤੁਸਾਂ ਇਹ ਚੀਜ਼ ਵੇਖਣੀ ਹੈ। ਓਕੇ ਹੋ ਗਿਆ ਸਵਾਲ ਨੰਬਰ 2। ਅੱਛਾ ਜੀ ਇਹ ਵੇਖੋ, ਇਹ 1/3 ਹੈ, ਇੰਨਾ ਹਿੱਸਾ 1/3, ਅਤੇ ਇਹ ਵਾਲਾ ਸਾਰਾ ਹਿੱਸਾ 2/3 ਹੈ, ਇਹ ਸਾਰਾ ਹਿੱਸਾ 2/3 ਹੈ, ਅਤੇ 1/3 ਹੈ ਇਹ ਹਿੱਸਾ, ਇੱਕ ਤੀਸਰਾ ਹਿੱਸਾ ਹੈ, ਵੀ ਦੋ ਹਿੱਸੇ ਆਏ ਨੇ ਸ਼ੀਸ਼ੇ ਦੇ ਹਾਂਜੀ, ਅਤੇ ਸੱਜੇ ਪਾਸੇ ਅਸਾਂ ਵੇਖਣਾ ਹੁੰਦਾ ਉਹਦੀ ਬੈਕ ਸਾਈਡ। ਸਵਾਲ ਨੰਬਰ 2, ਲੋ ਸਪੇਕੀਓ ਰੈਟਰੋਵਿਜ਼ੋਰੇ ਲਾਤੇਰਾਲੇ ਸਿਨਿਸਟਰੋ ਖੱਬੀ ਸਾਈਡ ਵਾਲਾ ਸ਼ੀਸ਼ਾ ਪਿੱਛੋਂ ਵੇਖਣ ਵਾਲਾ ਦੇਵੇ, ਸਿਰੇ ਜ਼ਰੂਰੀ ਹੈ ਰੈਗੂਲਾਟ ਸੈੱਟ ਕਰੋ ਇਨ ਮੋਦੋ। ਇਸ ਤਰ੍ਹਾਂ ਦਾ ਪੁੱਤੇ ਉਹ ਜ਼ਰਵਾਰ ਹੈ ਕਿ ਤੁਸੀਂ ਵੇਖ ਸਕੋ, ਪਰੇਵਾ ਲੈਂਤਾ ਮਿਹਨਤ ਬੁਨਿਆਦੀ ਤੌਰ ਪਰ ਜਾਂ ਸਹੀ ਤੌਰ ਪਰ ਲਾ ਪੋਰਸੀਓਨੇ ਹਿੱਸਾ ਦੀ ਸਤਰਾਦਾ ਰੋਡ ਦਾ ਅਫਿਆਂਕੋ ਦੇ ਲਵੇਈ ਕੋਲੋ ਗੱਡੀ ਦੀ ਸਾਈਡ ਦਾ ਜਿਹੜਾ ਹਿੱਸਾ ਹੈ ਕਿ ਖੱਬੇ ਪਾਸੇ ਵਾਲੇ ਸ਼ੀਸ਼ੇ ਨੂੰ ਤੁਸੀਂ ਇਸ ਤਰ੍ਹਾਂ ਵੇਖ ਸਕੋ ਤਾਂ ਕਿ ਤੁਸੀਂ ਰੋਡ ਦੀ ਸਾਈਡ ਦਾ ਜਿਹੜੇ ਆ ਹਿੱਸੇ ਨੇ ਆ ਸਾਰੇ ਇਹ ਧਿਆਨ ਦੇ ਨਾਲ ਤੁਸੀਂ ਵੇਖ ਸਕੋ। ਸਵਾਲ ਵੀਰੋ ਹੋ ਗਿਆ ਸਵਾਲ ਨੰਬਰ 3, ਲੋ ਸਪੇਕੀਓ ਰੈਟਰੋਵਿਜ਼ੋਰੇ ਖੱਬਾ ਸ਼ੀਸ਼ਾ ਲਾਤੇਰਾਲੇ ਸਿਨਿਸਟਰੋ, ਲੋ ਸਪੇਕੀਓ ਰੈਟਰੋਵਿਜ਼ੋਰੇ ਜਿਹੜਾ ਬੈਕ ਸਾਈਡ ਵਾਲਾ ਸ਼ੀਸ਼ਾ ਹੈ, ਲਾਤੇਰਾਲੇ ਸਾਈਡ ਦਾ ਸਿਨਿਸਟਰੋ ਖੱਬਾ ਬਾਇਆ, ਇਹ ਹੁਣ ਜ਼ਰਾ ਇਸ ਲਫਜ਼ 'ਤੇ ਵੀ ਤਵੱਜਾ ਦਵੋ, ਫਾਲਸਾਂ ਦਾ ਗਲਤ ਦੇ ਰਿਹਾ, ਲਾ ਪਰੇਚੇ ਸਿਓਨੇ ਅਕਸ ਖਿਆਲ ਅੰਦਾਜ਼ਾ। ਇਹ ਸਵਾਲ ਨੂੰ ਇਹਦਾ ਸਕਰੀਨਸ਼ਾਟ ਲੈ ਲਵੋ, ਤੀਸਰਾ ਸਵਾਲ ਹੈ 606 ਪੇਜ ਦਾ, 13ਵੇਂ ਚੈਪਟਰ ਦਾ ਆਖਰੀ ਪੇਜ, ਉਹਦਾ ਤੀਸਰਾ ਸਵਾਲ ਹੈ, ਲੋ ਸਪੇਕੀਓ ਰੈਟਰੋਵਿਜ਼ੋਰੇ ਲਾਤੇਰਾਲੇ ਸਿਨਿਸਟਰੋ ਜਿਹੜਾ ਸ਼ੀਸ਼ਾ ਸਾਈਡ ਵਾਲਾ ਖੱਬੇ ਪਾਸੇ ਦਾ, ਫਾਲਸਾ ਲਾ ਪ੍ਰੇਚੇ ਸਿਓਨ ਹੈ, ਗਲਤ ਅੰਦਾਜ਼ਾ ਦਿੰਦਾ ਹੈ, ਗਲਤ ਅਕਸ ਦਿੰਦਾ ਹੈ, ਦਿਲਾ ਦਿਸਤਾਨ ਸਾ ਫਾਸਲੇ ਦਾ, ਇਹਦੇ ਲਾ ਵੇਲੋਚਿਤਾ ਸਪੀਡ ਦਾ, ਦਈ ਵੇਹੀਕਲੀ ਉਹ ਗੱਡੀ ਸੋਪਰਾ ਜੁਨਜੇਨਤੀ ਜਿਹੜੇ ਉਹਦੇ ਨਜ਼ਦੀਕ ਹੈ ਜਿਹੜੇ ਉਹਦੇ ਪਿੱਛੇ ਹੋਏ, ਬਿਲਫਰਜ਼ ਹੈ ਤੁਹਾਡੀ ਗੱਡੀ ਅੱਗੇ, ਇਹ ਉਹਦਾ ਜਿਹੜਾ ਖੱਬਾ ਸ਼ੀਸ਼ਾ ਹੈ, ਇਹ ਪਿੱਛੇ ਇੱਕ ਹੋਰ ਗੱਡੀ ਹੈ, ਇਹ ਵਾਲੀ ਪਿੱਛੇ ਇੱਕ ਗੱਡੀ ਹੈ ਤੁਹਾਡੇ ਆ ਰਹੀ, ਅਤੇ ਖੱਬਾ ਸ਼ੀਸ਼ਾ ਇਹ ਜਿਹੜਾ ਸ਼ੀਸ਼ਾ ਉਹਨੇ ਇਸ ਗੱਡੀ ਦੀ ਸਪੀਡ ਅਤੇ ਉਹਦਾ ਫਾਸਲਾ ਫਰਜ਼ ਕਰੋ ਕਿ ਇੱਥੋਂ ਲੈ ਕੇ ਇੱਥੋਂ ਤੱਕ ਉਹਦਾ ਫਾਸਲਾ ਅਗਰ ਤੁਸੀਂ ਕਹਿ ਲਓ ਕਿ 30 ਮੀਟਰ ਹੈ, ਹੋ ਸਕਦਾ ਤੁਹਾਨੂੰ ਇਸ ਸ਼ੀਸ਼ੇ ਤੋਂ ਬਹੁਤ ਦੂਰ ਨਜ਼ਰ ਆਵੇ, ਅਤੇ ਫਾਸਲਾ ਵੀ ਦਿਲਾ ਦਿਸਤਾਨਸ ਆ, ਅਤੇ ਸਪੀਡ ਹੋ ਸਕਦਾ ਉਹ 80 ਦੀ ਸਪੀਡ 'ਤੇ ਜਾ ਰਹੀ ਹੈ ਜਾਂ 100 ਦੀ ਸਪੀਡ 'ਤੇ ਜਾ ਰਹੀ ਹੈ, ਤੁਸੀਂ ਇਸ ਸ਼ੀਸ਼ੇ ਤੋਂ ਅੰਦਾਜ਼ਾ ਕਰੋ ਕਿ ਯਾਰ ਉਹ ਆਸਤਾ ਆਸਤਾ ਆ ਰਿਹਾ, ਉਹਦੀ ਸਪੀਡ 50 ਦੀ ਹੈ 40 ਦੀ ਹੈ, ਤੋ ਇਹ ਪੇ ਤੁਹਾਨੂੰ ਆਉਂਦਾ ਕਿ ਜਿਹੜਾ ਤੁਸੀਂ ਖੱਬੇ ਪਾਸਿਓਂ ਵੇਂਹਦੇ ਹੋ ਨਾ ਆਪਣੇ ਇਸ ਸ਼ੀਸ਼ੇ ਤੋਂ, ਉਹ ਕੀ ਕਰਦਾ ਕਿ ਫਾਲਸਾ ਲਾ ਪ੍ਰੇਚੇ ਸਿਓ ਨਾ, ਗਲਤ ਅੰਦਾਜ਼ਾ ਦਿੰਦਾ, ਗਲਤ ਖਿਆਲ ਦਿੰਦਾ, ਗਲਤ ਅਕਸ ਬਿਆਨ ਕਰਦਾ, ਦਿਲਾ ਦਿਸਤਾਨਸਾ ਫਾਸਲੇ ਦਾ, ਦਿਲਾ ਵਿਲਜ ਦਾ ਸਪੀਡ ਦਾ, ਦਈ ਵੇਹੀਕਲੀ ਉਸ ਗੱਡੀ ਤੋਂ ਸੋਪਰਾ ਜੁਨਜੇਨਤੀ ਜਿਹੜੇ ਤੁਹਾਡੇ ਨਜ਼ਦੀਕ ਤੁਹਾਡੇ ਪਿੱਛੇ ਆਈ ਹੈ। ਅੱਛਾ ਜੀ ਸਵਾਲ ਨੰਬਰ 4 ਆ ਗਿਆ, ਲੋ ਸਪੇਕੀਓ ਰੈਟਰੋਵਿਜ਼ੋਰੇ ਲਾਤੇਰਾਲੇ ਸਿਨਿਸਟਰੋ
ਹੁਣ ਇਹਦੇ ਵਿੱਚ ਉਹਨੇ ਖੱਬੇ ਸ਼ੀਸ਼ੇ ਦੀ ਸਾਰੀ ਗੱਲ ਕਰਨੀ ਹੈ। ਦੇਵੇ ਐਸੇ ਜ਼ਰੂਰੀ ਉਤਰੀ ਜ਼ਾਤ ਇਸਤੇਮਾਲ ਪ੍ਰੀਮਾ ਦੀ ਨਿਸਿਆਰੇ ਉਹਨਾਂ ਮਨੋਵਰ ਅਧਿ ਕੰਬੀਓ ਕੁਰਸੀਆ ਵੇਰਸ ਸੁਨਿਸਤਰਾ। ਅਗਰ ਤੁਹਾਂ ਇਸ ਕੁਰਸੀ ਦੇ ਪੇ ਚੱਲਦੇ ਹੋ ਕਰੇ ਜਾਤਾ ਦੇ, ਇਸ ਕੁਰਸੀ ਦੇ ਤੁਸਾਂ ਅਗਰ ਇਹ ਕੁਰਸੀ ਤਬਦੀਲ ਕਰਨਾ ਵੇਰਸੋ ਕੀ ਤਰਫ ਸੁਨਿਸਤਰਾ ਖੱਬੇ ਪਾਸੇ ਆਉਣਾ, ਤਾਂ ਤੁਸਾਂ ਇਹ ਜਿਹੜਾ ਸ਼ੀਸ਼ਾ ਉਹਦਾ ਇਸਤੇਮਾਲ ਕਰਨਾ ਸੌਖਾ ਸਵਾਲ ਵੇਰੋ। ਲੋ ਸਪੇਕਿਓ ਰੇਤਰੋ ਵਿਜ਼ੋਰੇ ਲਾ ਤਲਾਰੇ ਸੁਨਿਸਤਰ ਦੇਵੇ ਐਸੇ ਉਤਲੀ ਜ਼ਾਤ ਪ੍ਰੀਮਾ ਦੀ ਨਿਸਿਆਰੇ ਉਹਨਾਂ ਮਨੋਵਰਾਂ ਦੇ ਸੁਰਪਾਸੋ। ਸੇਮ ਟੂ ਸੇਮ, ਅਗਰ ਤੁਸਾਂ ਇਸ ਕੁਰਸੀ ਤੋਂ ਇੱਧਰ ਆ ਕੇ ਓਵਰਟੇਕ ਕਰਨੀ, ਜ਼ਾਹਰ ਹੈ ਓਵਰਟੇਕ ਹਮੇਸ਼ਾ ਲੈਫਟ ਸਾਈਡ ਤੋਂ ਹੁੰਦੀ ਹੈ, ਰਾਈਟ ਸਾਈਡ ਦੇ ਉੱਤੇ ਓਵਰਟੇਕ ਹੁੰਦੀ ਨਹੀਂ। ਅਤੇ ਲੈਫਟ ਸਾਈਡ ਤੋਂ ਤੁਸੀਂ ਓਵਰਟੇਕ ਕਰਨੀ ਹੈ ਤਾਂ ਓਵਰਟੇਕ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ, ਉਤਲੀ ਜ਼ਾਹਰ ਹੈ ਇਸਤੇਮਾਲ ਕਰਨਾ ਇਹ ਜਿਹੜਾ ਸ਼ੀਸ਼ਾ ਗੱਡੀ ਦਾ ਸਪੇਕਿਓ ਲਾਤਰਾਲੇ ਸਿਨਿਸਤਰੋ। ਠੀਕ ਹੋ ਗਿਆ। ਅੱਛਾ ਜੀ, ਸੱਤਵਾਂ, ਲੋ ਸਪੇਕਿਓ ਰੇਤਰੋ ਵਿਜ਼ੋਰੇ ਲਾਤਰਾਲੇ ਸਿਨਿਸਤਰੋ ਆ ਰੱਖਤਾ ਹੈ ਉਨ ਆਂਗੋਲੋ, ਇੱਕ ਆਂਗਲ ਇੱਕ ਏਰੀਆ, ਚੇਕੋ ਦਾ ਮਤਲਬ ਹੈ ਅੰਧਾ, ਮੋਲ ਤੋਂ ਆਮਪੀਓ ਬਹੁਤ ਜ਼ਿਆਦਾ ਏਰੀਆ, ਕਿ ਇਹ ਜਿਹੜੀ ਗੱਡੀ ਦਾ ਤੁਹਾਡਾ ਲੈਫਟ ਸਾਈਡ ਵਾਲਾ ਸ਼ੀਸ਼ਾ ਇਹ ਕੀ ਕਰਦਾ ਕਿ ਆ ਰੱਖਦਾ ਹੁਣ ਆਂਗਲ ਇੱਕ ਆਂਗਲ ਚੇਕੋ ਅੰਧਾ ਹੁੰਦਾ, ਮਕਸਦ ਇਹ ਕਿ ਮੋਲ ਤੋਂ ਆਮਪੀਓ ਕਿਹਦੇ 'ਚ ਬਹੁਤ ਜ਼ਿਆਦਾ ਏਰੀਆ ਜਿਹੜਾ ਸਾਈਡ ਦਾ ਉਹ ਨਜ਼ਰ ਨਹੀਂ ਆਉਂਦਾ। ਇਹ ਵੀ ਸਵਾਲ ਜ਼ਿਹਨ 'ਚ ਰੱਖਣਾ, ਇਹ ਵੇਰੋ ਸਵਾਲ ਹੈ ਕਿ ਵੇਰੋ ਵੀ ਬਿਲਕੁਲ ਇਹ ਸ਼ੀਸ਼ਾ ਜਿਹੜਾ ਨਾ ਇਹ ਸਾਰਾ ਏਰੀਆ ਹੁਣ ਇਹ ਥੋੜ੍ਹਾ ਕਿ ਇੱਧਰੋਂ ਵੀ ਇਹ ਸਾਰਾ ਥੋੜ੍ਹੀ ਵਹਾਈ ਜਾਂਦਾ, ਇਹ ਵੀ ਆਪਣਾ ਕੁਛ ਹਿੱਸਾ ਵਹਾਉਂਦਾ ਕੁਛ ਏਰੀਆ ਵਹਾਉਂਦਾ, ਅਤੇ ਬਹੁਤ ਜ਼ਿਆਦਾ ਏਰੀਆ ਜਿਹੜਾ ਅੰਧਾ ਹੁੰਦਾ ਜਿਹੜਾ ਨਜ਼ਰ ਨਹੀਂ ਆਉਂਦਾ, ਅਤੇ ਇਹ ਵੇਰੋ ਹੋ ਗਿਆ। ਅਤੇ ਉਹ ਇਹੀ ਪਿਆਂਦਾ ਕਿ ਮੋਲ ਤੋਂ ਆਮਪੀਓ ਉਨ ਆਂਗੋਲੋ ਚੇਕੋ ਮੋਲ ਤੋਂ ਆਮਪੀਓ, ਕਿ ਇੱਕ ਐਂਗਲ ਜਿਹਦੇ 'ਚ ਬਹੁਤ ਜ਼ਿਆਦਾ ਹਿੱਸਾ ਨਜ਼ਰ ਨਹੀਂ ਆਉਂਦਾ। ਸਵਾਲ ਨੰਬਰ 8, ਇਲ ਕੰਟਰੋਲਰ ਦੇ ਸਪੀਕਿਓ ਰੇਤਰੋ ਵਿਜ਼ੋਰੇ ਲਾਤਰਾਲੇ ਸਿਨਿਸਤਰੋ ਦੇਵੇ ਐਸੇਰੇ ਜ਼ਰੂਰੀ ਹੈ ਇੰਟੇਗ੍ਰਾਤ ਤੋਂ ਲੱਗਿਆ ਹੈ ਕੌਨ ਉਨ ਇੰਟੇਗ੍ਰਾਤ ਤੋਂ ਕੌਨ ਰਾਪੀਦੋ ਕੰਟਰੋਲੋ, ਤੁਸੀਂ ਫੌਰਨ ਉਹਦਾ ਕੰਟਰੋਲ ਕਰੋ। ਵੀਜ਼ੀ ਵੋ ਲਾਤਰਾਲੇ ਦੀ ਰੇਤੋ, ਕਿ ਤੁਸੀਂ ਇਹਦੇ ਤੋਂ ਫੌਰਨ ਕੰਟਰੋਲ ਕਰੋ, ਪਿੱਛੋਂ ਵੇਖੋ। ਪ੍ਰੀਮਾ ਦੀ ਨਿਸਿਆਰੇ ਉਨ ਸੁਰਪਾਸੋ, ਇੱਕ ਅਗਰ ਤੁਸੀਂ ਓਵਰਟੇਕ ਕਰਨੀ ਹੈ ਆਪਣਾ ਗੱਡੀ ਤੁਸੀਂ ਓਵਰਟੇਕ ਕਰਨ ਤੋਂ ਪਹਿਲਾਂ ਕੀ ਕਰਨਾ, ਅਗਰ ਤੁਸੀਂ ਓਵਰਟੇਕ ਕਰਨੀ ਹੈ ਤਾਂ ਇਹ ਜਿਹੜਾ ਸ਼ੀਸ਼ਾ ਹੈ ਨਾ ਇਹਦੇ ਵਿੱਚੋਂ ਰਾਪੀਦੋ ਕੰਟਰੋਲੋ ਫੋਰੀ ਕੰਟਰੋਲ ਕਰਨਾ, ਵੀਜ਼ੀਓ ਲਾਤਰਾਲੇ ਦਰੀਤੋ, ਇਹਦੇ ਵਿੱਚੋਂ ਤੁਸੀਂ ਡਾਇਰੈਕਟ ਪਿੱਛੋਂ ਵੇਖਣਾ, ਰਾਪੀਦੋ ਕੰਟਰੋਲੋ ਕਰਨਾ ਓਵਰਟੇਕ ਕਰਨ ਤੋਂ ਪਹਿਲਾਂ ਕਿ ਇੱਥੇ ਕੋਈ ਗੱਡੀ ਤਾਂ ਨਹੀਂ ਆ ਰਹੀ ਤੁਹਾਡੇ ਪਿੱਛੇ, ਇਹ ਡਰਾਈਵਰ ਅਗਰ ਗੱਡੀ ਚਲਾਉਂਦਾ ਪਿਆ ਤਾਂ ਉਹਨੇ ਰਾਪੀਦੋ ਕੰਟਰੋਲੋ ਕਰਨਾ। ਵਿਜ਼ੀਬਲ ਅਤਰਾਲੇ ਦਰੀਤ ਤੋਂ ਸਾਈਡ ਤੋਂ ਵੇਖਣਾ ਡਾਇਰੈਕਟ ਪ੍ਰੀਮਾ ਦੀ ਨਿਸਿਆਰੇ ਉਹਨੂੰ ਸੁਰਪਾਸੋ, ਇੱਕ ਓਵਰਟੇਕ ਕਰਨ ਤੋਂ ਪਹਿਲਾਂ ਵੇਰੋ ਹੋ ਗਿਆ। ਸਵਾਲ ਨੰਬਰ 9, ਪ੍ਰੀਮਾ ਦੀ ਮਿਤ ਤੇਰੇ ਵਹੀਕਲ ਨੇ ਫਲੋਸੋ ਦੇ ਲਾ ਚਿਰਕੂਲਾਸੀਓਨੇ, ਦਾਖਲ ਹੋਣ ਤੋਂ ਪਹਿਲਾਂ ਟ੍ਰੈਫਿਕ ਦੇ ਵਿੱਚ, ਪ੍ਰੀਮਾ ਦੀ ਮਿਤ ਤੇਰੇ ਦਾਖਲ ਹੋਣ ਤੋਂ ਪਹਿਲਾਂ ਇਲ ਵਹੀਕਲ ਗੱਡੀ ਦਾ ਨੇ ਫਲੋਸੋ ਦੇ ਲਾ ਚਿਰਕੂਲਾਸੀਓਨੇ, ਟ੍ਰੈਫਿਕ ਵਿੱਚ ਚੱਲਣ ਦੇ ਬਹਾਓ ਵਿੱਚ, ਇਹ ਨੇ ਚਸਾਰੀ ਜ਼ਰੂਰੀ ਹੈ ਕੰਟਰੋਲ ਆ ਰਹੇ ਕੰਟਰੋਲ ਕਰਨ ਲੋ ਸਪੇਕਿਓ ਸ਼ੀਸ਼ੇ ਰੇਤਰੋਵਿਜ਼ੋਰੇ ਪਿੱਛੇ ਵਾਲੇ ਲਾਤੇਰਾਲੇ ਸਿਨਿਸਤਰਾ ਖੱਬੇ ਪਾਸੇ ਦਾ। ਅੱਛਾ ਜੀ, ਇਹ ਹੁਣ ਲਫ਼ਜ਼ ਜਿਹੜਾ ਨਾ ਇਹਦਾ ਪੂਰਾ ਧਿਆਨ ਕਰਨਾ, ਨੌਨ ਕੇ ਇਹ ਨਹੀਂ ਸਮਝਣਾ ਕਿ ਨੌਨ ਕੇ ਦਾ ਮਤਲਬ ਕੀ ਹੈ, ਇਹ ਮੈਂ ਦੱਸਣਾ ਪਹਿਲਾਂ ਇੱਥੋਂ ਉੱਤੇ ਉੱਤੇ ਵੇਖ ਲਵੋ। ਟ੍ਰੈਫਿਕ ਦੇ ਬਹਾਓ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜ਼ਰੂਰੀ ਹੈ ਤੁਸੀਂ ਕੰਟਰੋਲ ਕਰੋ ਖੱਬੇ ਸ਼ੀਸ਼ੇ ਦਾ, ਜ਼ਾਹਰ ਅਗਰ ਤੁਸੀਂ ਟ੍ਰੈਫਿਕ 'ਚ ਸ਼ਾਮਲ ਹੋਣਾ, ਇਹ ਤੁਸੀਂ ਕਰੇ ਜਾਤਾ 'ਤੇ ਖਲੋਤੇ ਹੋ ਅਤੇ ਇਹ ਕਰੇ ਜਾਤਾ, ਤੁਸੀਂ ਇੱਧਰ ਨਹੀਂ ਸ਼ਾਮਲ ਹੋਣਾ ਨਾ ਖੱਬੇ ਪਾਸੇ ਆਉਂਦੇ, ਜਦੋਂ ਵੀ ਟ੍ਰੈਫਿਕ 'ਚ ਤੁਸੀਂ ਅਗਰ ਸ਼ਾਮਲ ਹੋਣਾ ਇਸਤੇਮਾਲ ਕਰੋ ਖੱਬੇ ਸ਼ੀਸ਼ੇ ਦਾ, ਨੁਨ ਕੇ ਉਸ ਕੇ ਸਾਥ ਸਾਥ ਸ਼ੀਸ਼ੇ ਦੇ ਵਿੱਚ ਤੁਸੀਂ ਇਸਤੇਮਾਲ ਕਰੋ ਕੰਟਰੋਲ ਕਰੋ ਕੰਟਰੋਲ ਕਰੋ ਸ਼ੀਸ਼ੇ 'ਚ ਕੰਟਰੋਲ ਕਰੋ ਖੱਬੇ ਸ਼ੀਸ਼ੇ 'ਚ ਕੰਟਰੋਲ ਕਰੋ ਟ੍ਰੈਫਿਕ ਦੇ ਬਹਾਓ 'ਚ ਸ਼ਾਮਲ ਹੋਣ ਤੋਂ ਪਹਿਲਾਂ, ਨੁਨ ਕੇ ਆਉਂਦਾ ਉਹਦੇ ਨਾਲ ਨਾਲ ਉਸਕੇ ਸਾਥ ਸਾਥ ਵੈਰੀਫਿਕਾਰ ਹੈ ਚੈੱਕ ਕਰੋ, ਕੌਨ ਕੰਟਰੋਲੋ ਇੱਕ ਕੰਟਰੋਲ, ਵਿਜ਼ੀਵੋ ਦਰੀਤੋ ਡਾਇਰੈਕਟ ਵੀ ਵੇਖੋ, ਕੇਲਾ ਸਤਰਾਦਾ ਰੋਡ ਸਿਆ ਸਫੀ ਚਿੰਨ ਤੇ ਮੇਨ ਤੇ, ਉਹਦੇ 'ਚ ਰੋਡ ਤੇ ਜਗ੍ਹਾ ਹੈ ਲੀਬਰਾ ਖਾਲੀ, ਦੀਏਤਰੋ ਪਿੱਛੋਂ ਅਫੀਆਂ ਕੋ ਸਾਈਡ ਤੋਂ ਦਿਲ ਵਹੀ ਕਰੋ ਗੱਡੀ ਦੇ ਅੰਦਰ ਰੋਡ ਦੇ ਵਿੱਚ, ਤੁਸੀਂ ਇੱਥੋਂ ਜੀ ਸ਼ਾਮਲ ਹੋਣਾ, ਸ਼ੀਸ਼ੇ 'ਚ ਵੀ ਤੁਸੀਂ ਵੇਖੋ ਪਿੱਛੋਂ ਅਤੇ ਨਾਲ ਡਾਇਰੈਕਟ ਵੀ ਪਿੱਛੋਂ ਵੇਖੋ, ਸ਼ੀਸ਼ੇ 'ਚ ਵੀ ਵੇਖੋ ਅਤੇ ਡਾਇਰੈਕਟ ਵੀ ਪਿੱਛੋਂ ਵੇਖੋ ਉਹਦੇ ਨਾਲ ਨਾਲ।
नॉन के उसके साथ साथ वेरीफायर चेक करो कौन कंट्रोल है कंट्रोल बिजी वो दरी तो डायरेक्ट वेखो के लस ग्रादा सिया सफिशियंट लिब्रो करोड़ दी काफ़ी जगह खाली है दी इतरों पिछों अफियान को सैड तो दिल वही करो गड्डी दे वेरा हो गया सवाल नंबर 10। लो स्पेक्यूर रेट्रोविजोरे लैटरल सिनिस्टर देवे एसरे regolato in modo da poter controllare il comportamento di eventuali bambini seduti nella parte posteriore del veicolo. Accia lì. Gera khabbi side wala è shisha. Gaddi da gera khabbi side wala shisha lagga. Anda onu is tarah set karo regolato in modo is tarah set karo da poter controllare, check kar sako il comportamento, rovaiya ya sloop di eventuali bambini, mumkina tor te jere bacche ne, seduti jere baithe ne, jere bacche baithe ne, nella parte posteriore del veicolo, jere gaddi de pichle hisse che itthe apna, eh driver baitha gaddi chala reha hai. ਇਹ ਪਿੱਛੇ ਬੈਠੇ ਨੇ ਆਂਦਾ ਇਸ ਸ਼ੀਸ਼ੇ ਨੂੰ ਇਸ ਤਰ੍ਹਾਂ ਸੈੱਟ ਕਰੋ ਤਾਂ ਕਿ ਡਰਾਈਵਰ ਇਹਦੇ 'ਚ ਵੇਖ ਸਕੇ ਪਾਰਥ ਪਸਤਰੀਓਰ 'ਚ ਸਿਦੂਤੀ ਜਿਹੜੇ ਬੰਬੀਨੀ ਹੈ ਜਿਹੜੇ ਬੱਚੇ ਪਿੱਛੇ ਬੈਠੇ ਨੇ ਤੁਸੀਂ ਉਹਨਾਂ ਨੂੰ ਵੇਖ ਸਕੋ ਕਿ ਉਹ ਕੀ ਪੇ ਕਰਦੇ ਨੇ ਕੰਪੋਰਟਾਮੈਂਟ ਹੀ ਉਹਨਾਂ ਦਾ ਰਵੱਈਆ ਵੇਖ ਸਕੋ ਉਹਨਾਂ ਨੂੰ ਚੈੱਕ ਕਰ ਸਕੋ ਫਾਲਸ ਹੋ ਇਹਦੇ 'ਚ ਅਸਾਂ ਪਿੱਛੋਂ ਵੇਖਣਾ ਹੁੰਦਾ ਨਾ ਕਿ ਸਾਡੀ ਗੱਡੀ ਦੇ ਵਿੱਚ ਜਿਹੜੇ ਬੱਚੇ ਨੇ ਅਸਾਂ ਉਹਨਾਂ ਨੂੰ ਵੇਖਣਾ ਹੈ। सवाल नंबर 11। लो स्पीकर रेट्रोविजोरे लैटरल सिनिस्टर देवे एसरे क्यूजो जरूरी है उन्होंने बंद कर दो क्वांडो सी चिरकोला जो तुम चलते सू सतराद रोड से सतरेते तंग ने दी मनतानिया पहाड़ी एरिए जे तंग रोड ने तो इतने अगर तुम पहाड़ी एरिए चलते हो तंग रोड ने तो अपने जो शीशे ने इन्हों बंद कर देवो फालस हो गया देवे एसरे क्यूजो जरूरी इन्हों बंद कर दो। लो जी चैप्टर साढ़ा 13 भी गया खत्म हो गया हूँ 14 असा कल शुरू करना करना इंतहाई सौखा चैप्टर है यह मैं जरा स्पीड के नाल करवाऊंगा लेकिन ये जिन्ने हो सकता क्विज करो ऐप 4-5 पेज का स्पेक्यूर रेट्रोविजोरी का टॉपिक है इन्होंने भी फुल क्लीयर कर दो ये इम्तिहान च तकरीबन सवाल आ ही जाता है तो इन जिन्ना हो सकता क्लीयर कर लो ये 2-3 सवाल थोड़े मुश्किल सन 606 का सवाल नंबर 1 भी मुश्किल है पहला दूजा तीजा बल्कि 606 पेज में तुसी फुल रट लवो इंतहाई सौखा है फुल रट लवो तो पहला दूजा तीजा चौथा इन्होंने सारियां तो ठीक है कल असी इंशाल्लाह मेरे अल्लाह ने चाहिए तो चैप्टर नंबर 14 शुरू करांगे फी अमान अल्लाह।